ਸਮਾਂ ਇੱਕ ਅਜਿਹੀ ਚੀਜ਼ ਹੈ ਜੋ ਸੁਭਾਅ ਨੂੰ ਵੀ ਬਦਲ ਦਿੰਦਾ ਹੈ ਤੇ ਰਾਹਾਂ ਨੂੰ ਵੀ ਬਦਲ ਦਿੰਦਾ ਹੈ। ਸੋ ਇਸੇ ਕਰਕੇ ਕਹਿੰਦੇ ਕਿ ਸਮੇਂ ਦੀ ਰਫ਼ਤਾਰ ਦੇ ਨਾਲ ਚੱਲਣਾ ਸਿੱਖ ਲਈਏ ਤਾਂ ਬਿਹਤਰ ਹੈ, ਕਿਉਂਕਿ ਸਮੇਂ ਨੇ ਜਦੋਂ ਆਪਣੇ ਨਾਲ ਸਾਨੂੰ ਚਲਾਉਣਾ ਨਾ ਤਾਂ ਬਹੁਤ ਕੁਝ ਪਕਾਉਣਾ, ਕੁਝ ਚੰਗੇ ਪਲ, ਕੁਝ ਮਿੱਠੇ ਪਲ, ਕੁਝ ਕੌੜੇ ਪਲ, ਤੇ ਕੁਝ ਲੋਕਾਂ ਦੀ ਅਸਲੀਅਤ, ਕੁਝ ਲੋਕਾਂ ਦਾ ਚੰਗਾਪਣ। ਸੋ ਸਮੇਂ ਦੇ ਨਾਲ ਚੱਲਦੇ ਨਾਲ ਜ਼ਿੰਦਗੀ ਦੇ ਬੜੇ ਸਾਰੇ ਤਜ਼ਰਬੇ ਜਿਹੜੇ ਆ ਸਾਡੇ ਨਾਲ ਇਕੱਠੇ ਹੁੰਦੇ ਜਾਂਦੇ ਆ, ਜਿਹੜੇ ਸਮੇਂ ਸਮੇਂ 'ਤੇ ਸਾਡੇ ਸੁਭਾਅ ਦੇ ਵਿੱਚ ਆਉਣ ਵਾਲੀਆਂ ਤਬਦੀਲੀਆਂ ਦਾ ਕਾਰਨ ਵੀ ਬਣਦੇ ਨੇ। ਕਦੇ ਅਸੀਂ ਬਹੁਤ ਚੰਗੇ ਹੁੰਦੇ ਹਾਂ, ਕਦੇ ਅਸੀਂ ਬਹੁਤ ਬੁਰੇ ਹੁੰਦੇ ਹਾਂ, ਅਤੇ ਕਦੇ ਅਸੀਂ ਬਹੁਤ ਰੁੱਖੇ ਹੁੰਦੇ ਹਾਂ। ਇਹ ਸਾਰੇ ਹੀ ਤਜ਼ਰਬੇ ਆ ਸਾਡੀ ਜ਼ਿੰਦਗੀ ਦੇ ਜਿਹੜੇ ਹਮੇਸ਼ਾ ਸਾਡੀ ਜ਼ਿੰਦਗੀ ਦੇ ਨਾਲ ਚੱਲਦੇ ਨੇ, ਅਤੇ ਇਹਨਾਂ ਤਜ਼ਰਬਿਆਂ ਦੇ ਨਾਲ ਚੱਲਦੇ ਚੱਲਦੇ ਹੀ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਪਰਫੈਕਟ, ਸਿਆਣੇ, ਸੂਝਵਾਨ ਇਨਸਾਨ ਬਣਦੇ ਹਾਂ। ਸੋ ਗਲਤੀਆਂ ਕਰਦੇ ਹਾਂ, ਸਿੱਖਦੇ ਹਾਂ, ਡਿੱਗਦੇ ਹਾਂ, ਸਵਾਰ ਹੁੰਦੇ ਹਾਂ ਜ਼ਿੰਦਗੀ ਦੇ ਘੋੜੇ 'ਤੇ, ਅਤੇ ਹੌਲੀ ਹੌਲੀ ਮੰਜ਼ਿਲ ਤੱਕ ਪਹੁੰਚਦੇ ਹਾਂ, ਅਤੇ ਕਦੇ ਕਦੇ ਅਖੀਰ 'ਤੇ ਜਾ ਕੇ ਪਛਤਾਵਾ ਰਹਿੰਦਾ, ਕਦੇ ਕਦੇ ਖੁਸ਼ੀ ਮਿਲਦੀ ਹੈ ਆਪਣੇ ਕੀਤੇ ਹੋਏ ਫੈਸਲਿਆਂ 'ਤੇ, ਅਤੇ ਕਦੇ ਕਦੇ ਮਲਾਲ ਹੁੰਦਾ ਕਿ ਕਾਸ਼ ਅਸੀਂ ਜੇ ਜਾਂ ਕਾਸ਼ ਇਹਨਾਂ ਦੋ ਸ਼ਬਦਾਂ ਦੇ ਨਾਲ ਸਾਂਝ ਨਾ ਪਾਈ ਹੁੰਦੀ। ਪਰ ਜਿਹੜੀ ਸਾਂਝ ਪੈ ਗਈ ਆ ਨਾ, ਅਤੇ ਸਮੇਂ ਦੇ ਨਾਲ ਲੰਘ ਗਈ ਆ, ਬੀਤ ਗਿਆ ਸਮਾਂ, ਉਹ ਦੁਬਾਰਾ ਨਹੀਂ ਆ ਸਕਦਾ। ਸੋ ਇਸ ਕਰਕੇ ਦੁਬਾਰਾ ਜ਼ਿੰਦਗੀ ਦੇ ਵਿੱਚ ਜੇ ਨਾ ਆਵੇ, ਇਸ ਲਈ ਪਹਿਲਾਂ ਹੀ ਅਲਰਟ ਰਿਹਾ ਕਰੋ, ਜਿਹੜੇ ਕੰਮ ਕਰਨੇ ਨੇ ਸਮੇਂ 'ਤੇ ਕਰ ਲਿਆ ਕਰੋ, ਕਿਉਂਕਿ ਸਮਾਂ ਲੰਘੇ ਤੋਂ ਬਾਅਦ ਸਿਰਫ ਪਛਤਾਵਾ ਪੱਲੇ ਰਹਿੰਦਾ। ਸੋ ਇਸ ਕਰਕੇ ਜ਼ਿੰਦਗੀ ਹੈ ਜੀ, ਬਹੁਤ ਸਾਰੀਆਂ ਚੀਜ਼ਾਂ ਨੇ, ਸਿਖਾਉਂਦੇ ਸਿਖਾਉਂਦੇ ਸਾਡੇ ਸੁਭਾਅ ਨੂੰ ਵੀ ਬਦਲ ਦਿੰਦੀ ਹੈ। ਸੋ ਜੇ ਕਿਸੇ ਦਾ ਸੁਭਾਅ, ਮਾਫ਼ੀ ਚਾਹੂੰਗੀ, ਕਿਉਂਕਿ ਗਲਾ ਥੋੜ੍ਹਾ ਜਿਹਾ ਅੱਜ ਵੀ ਸਾਥ ਨਹੀਂ ਦੇ ਰਿਹਾ। ਕੋਸ਼ਿਸ਼ ਤਾਂ ਕਰ ਰਹੇ ਹਾਂ ਕਿ ਵਧੀਆ ਤਰੀਕੇ ਨਾਲ ਪ੍ਰੋਗਰਾਮ ਹੋਵੇ, ਜੇ ਸ਼ਬਦ ਇੱਧਰ ਉੱਧਰ ਹੋ ਗਏ ਤਾਂ ਪਹਿਲਾਂ ਹੀ ਮਾਫ਼ੀ ਮੰਗ ਲੈਂਦੀ ਹਾਂ। ਸੋ ਜੇ ਕਿਸੇ ਦੇ ਸੁਭਾਅ ਦੇ ਵਿੱਚ ਅਚਾਨਕ ਤਬਦੀਲੀ ਆਵੇ ਨਾ, ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦੇ ਨੇ। ਕਾਰਨਾਂ ਨੂੰ ਸਮਝਣਾ ਸਿੱਖ ਕੇ ਅਤੇ ਰਿਸ਼ਤਿਆਂ ਨੂੰ ਬਚਾ ਸਕਦੇ ਹਾਂ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਅੱਜ ਦੇ ਵਿਚਾਰ ਦੀ ਇੰਨੀ ਕੁ ਸਾਂਝ, ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਊਗੀ। ਸੋ ਬੜੇ ਦਿਨਾਂ ਬਾਅਦ ਅੱਜ ਤੁਹਾਡੇ ਨਾਲ ਜੁੜੇ ਹਾਂ ਇਸ ਪ੍ਰੋਗਰਾਮ 'ਚ, ਇਸ ਮੰਚ 'ਤੇ। ਸੋ ਬਹੁਤ ਸਾਰੇ ਸਾਡੇ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਸੁਨੇਹੇ ਆਏ, ਜਿਨ੍ਹਾਂ ਨੇ ਬਹੁਤ ਸਾਰੀਆਂ ਫਿਕਰਾਂ ਵੀ ਕੀਤੀਆਂ, ਸੋ ਬਹੁਤ ਵਧੀਆ ਲੱਗਿਆ। ਸੋ ਕਹਿੰਦੇ ਆ ਕਿ ਜਦੋਂ ਤੁਸੀਂ ਪਰੇਸ਼ਾਨੀ ਦੇ ਵਿੱਚ ਹੋਵੋ, ਬਿਮਾਰੀਆਂ ਦੇ ਵਿੱਚ ਘਿਰੇ ਹੋ, ਅਤੇ ਉਸ ਵੇਲੇ ਜਦੋਂ ਆਪਣਿਆਂ ਦੇ ਸੁਨੇਹੇ ਆਉਂਦੇ ਨੇ, ਵਾਕਈ ਇੱਕ ਹੌਸਲਾ, ਤਸੱਲੀ ਅਤੇ ਇੱਕ ਹਿੰਮਤ ਜਿਹੜੀ ਆ ਉਹ ਤੁਹਾਨੂੰ ਦਿੰਦੇ ਨੇ, ਅਤੇ ਤੁਹਾਨੂੰ ਬਿਮਾਰੀ ਜਿਹੜੀ ਹੈ ਨਾ ਉਹ ਫਿਰ ਜ਼ਿਆਦਾ ਵੱਡੀ ਨਹੀਂ ਲੱਗਦੀ ਹੈ। ਸੋ ਦਿਲੋਂ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਇੰਨਾ ਫਿਕਰ ਕਰਨ ਦੇ ਲਈ। ਪਰ ਫਿਲਹਾਲ ਹੁਣ ਗੱਡੀ ਜਿਹੜੀ ਸਿਹਤ ਵਾਲੀ ਹੈ ਉਹ ਲਾਈਨ 'ਤੇ ਆ ਰਹੀ ਹੈ, ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਦਰੁਸਤ ਰਹਾਂਗੇ। ਸੋ ਸਭ ਤੋਂ ਪਹਿਲਾਂ ਸਾਡੇ ਜਿਹੜੇ ਪ੍ਰੋਗਰਾਮ ਦੇ ਸਪੋਂਸਰਸ ਨੇ ਉਹਨਾਂ ਦਾ ਧੰਨਵਾਦ ਕਰਨਾ ਜ਼ਰੂਰ ਬਣਦਾ। ਬਖਸ਼ ਰਾਮ ਜੀ ਦੁਬਈ ਤੋਂ ਅਤੇ ਇੱਕ ਇਟਲੀ ਵਾਲੇ ਸਾਡੇ ਪਰਿਵਾਰਕ ਮੈਂਬਰ ਜੋ ਇਸ ਪ੍ਰੋਗਰਾਮ ਨੂੰ ਮਾਨ ਦਿੰਦੇ ਨੇ, ਸਨਮਾਨ ਦਿੰਦੇ ਨੇ। ਸੋ ਦਿਲੋਂ ਸ਼ੁਕਰੀਆ ਜੀ ਪ੍ਰੋਗਰਾਮ ਨੂੰ ਸਪੋਂਸਰ ਕਰਨ ਦੇ ਲਈ ਤੁਹਾਡਾ। ਅਤੇ ਫਿਲਹਾਲ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਜ਼ਿਆਦਾ ਗੱਲਾਂ ਜਿਹੜੀਆਂ ਨਹੀਂ ਕਰਾਂਗੇ, ਔਰ ਸਿੱਧਾ ਆਉਂਦੇ ਹਾਂ ਜੀ ਸਿਲਸਿਲੇ 'ਤੇ। ਪ੍ਰੋਗਰਾਮ ਦੇ ਵਿੱਚ ਸਿਲਸਿਲਾ ਲੈ ਕੇ ਹਾਜ਼ਰ ਹੋਏ ਹਾਂ ਰੌਣਕ ਵਿਹੜੇ ਦੀ। ਸੋ ਅੱਜ ਆਪਾਂ ਇਸ ਵਿਹੜੇ ਦੇ ਵਿੱਚ ਰੌਣਕਾਂ ਲਾਉਣੀਆਂ ਨੇ, ਕਿਉਂਕਿ ਕਾਫੀ ਦਿਨਾਂ ਤੋਂ ਸਾਡੇ ਇਸ ਵਿਹੜੇ ਦੀਆਂ ਰੌਣਕਾਂ ਗਾਇਬ ਸੀ, ਅਤੇ ਹੁਣ ਅਸੀਂ ਦੁਬਾਰਾ ਇਹਨਾਂ ਨੂੰ ਲੈ ਕੇ ਆ ਜਾਣਾ। ਅਤੇ ਰੌਣਕਾਂ ਤੁਸੀਂ ਸਾਰਿਆਂ ਨੇ ਲਾਉਣੀਆਂ ਨੇ, ਕਿਉਂਕਿ ਕਲਾ ਤੁਹਾਡੇ ਕੋਲ ਹੁੰਦੀ ਹੈ ਵੱਖੋ ਵੱਖਰੇ ਰੰਗਾਂ ਦੇ ਵਿੱਚ। ਅਤੇ ਗੀਤ ਸੰਗੀਤ, ਚੁਟਕਲੇ, ਕਹਾਣੀਆਂ, ਬੋਲੀਆਂ, ਟੱਪੇ, ਮਾਈ, ਕਿਉਂਕਿ ਰੌਣਕਾਂ ਲਾਉਣ ਦੇ ਨਾ ਬਹੁਤ ਸਾਰੇ ਤਰੀਕੇ ਹੁੰਦੇ ਨੇ, ਅਤੇ ਜਦੋਂ ਅਸੀਂ ਮਨ 'ਚ ਸੋਚ ਲਈਏ ਨਾ ਕਿ ਅਸੀਂ ਖੁਸ਼ੀਆਂ ਦਾ ਮਾਹੌਲ ਸਿਰਜਣਾ, ਅਤੇ ਫਿਰ ਉਹ ਮਾਹੌਲ ਸਿਰਜਿਆ ਜਾ ਸਕਦਾ। ਸੋ ਅੱਜ ਆਪਾਂ ਬਿਲਕੁਲ ਇਸ ਮੰਚ 'ਤੇ ਖੁਸ਼ੀਆਂ ਦਾ ਮਾਹੌਲ ਸਿਰਜਣਾ, ਅਤੇ ਤੁਸੀਂ ਸਾਰਿਆਂ ਨੇ ਆਉਣਾ। ਬਹੁਤ ਸਾਰੇ ਮੇਰੇ ਕੋਲ ਸੁਨੇਹੇ ਤੁਹਾਡੇ ਆ ਚੁੱਕੇ, ਲਓ ਫਿਰ ਆਪਾਂ ਫਟਾਫਟ ਹਾਜ਼ਰੀ ਜਿਹੜੀ ਹੈ ਸਾਰੇ ਪਰਿਵਾਰਕ ਮੈਂਬਰਾਂ ਦੀ ਲਗਵਾ ਲਈ, ਕਿਉਂਕਿ ਕਾਲ ਦੇ ਜ਼ਰੀਏ ਵੀ ਸਾਡੇ ਨਾਲ ਸਾਡੇ ਦੋ ਸਰੋਤੇ ਇਸ ਵੇਲੇ ਲਾਈਨ 'ਤੇ ਜੁੜ ਚੁੱਕੇ ਨੇ, ਜਿਨ੍ਹਾਂ ਦੇ ਨਾਲ ਸਾਂਝ ਆਪਾਂ ਜ਼ਰੂਰ ਬਣਾਵਾਂਗੇ ਪ੍ਰੋਗਰਾਮ ਦੇ ਵਿੱਚ। ਸੋ ਪਹਿਲਾਂ ਸਾਡੇ ਨਾਲ ਕਾਲ 'ਤੇ ਜੁੜੇ ਹੋਏ ਨੇ ਜਸਵਿੰਦਰ ਜੀ ਵਿਨੀਪੈਗ ਤੋਂ, ਅਤੇ ਨਾਲ ਹੀ ਭੀਮ ਸੈਨ ਜੀ ਵੀ ਆ ਚੁੱਕੇ ਨੇ। ਪਿੱਛੇ ਪਿੱਛੇ ਤੁਹਾਡੀਆਂ ਕਾਲਸ ਜਿਹੜੀਆਂ ਆ ਰਹੀਆਂ ਨੇ, ਅਮੀਨ ਗੁੰਜਾਹੀ ਜੀ ਪਾਕਿਸਤਾਨ ਤੋਂ ਕਾਲ ਦੇ ਜ਼ਰੀਏ ਪ੍ਰੋਗਰਾਮ ਨਾਲ ਸਾਂਝ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਬਹੁਤ ਜਲਦ ਅਮੀਨ ਜੀ ਤੁਹਾਡੇ ਵੱਲ ਵੀ ਆਉਂਦੇ ਹਾਂ। ਸੋ ਲਓ ਜੀ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਬਹੁਤ ਹੀ ਸੋਹਣੇ ਸੋਹਣੇ ਫੁੱਲ ਪਹੁੰਚ ਚੁੱਕੇ ਨੇ ਜਰਮਨ ਤੋਂ। ਸਤਿ ਸ਼੍ਰੀ ਅਕਾਲ ਗਗਨ ਮੈਡਮ ਜੀ, ਮੈਂ ਰਾਜਵਿੰਦਰ ਸਿੰਘ ਕੁਹਾੜ ਜਰਮਨ ਤੋਂ ਜੁੜੇ ਹਾਂ ਜੀ। ਬਹੁਤ ਵਧੀਆ ਵਿਚਾਰ, ਤੁਸੀਂ ਠੀਕ ਹੋ, ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤ ਰੱਖਣ ਤੁਹਾਨੂੰ। ਲਓ ਜੀ ਤੁਹਾਡੇ ਲਈ ਸੋਹਣੇ ਸੋਹਣੇ ਫੁੱਲ। ਸੋ ਦਿਲੋਂ ਸ਼ੁਕਰੀਆ ਰਾਜਵਿੰਦਰ ਜੀ, ਤੁਹਾਡੀਆਂ ਇਹਨਾਂ ਸਾਰੀਆਂ ਦੁਆਵਾਂ ਕਰਕੇ ਸ਼ਾਇਦ ਆਪਾਂ ਛੇਤੀ ਠੀਕ ਹੋ ਗਏ ਹਾਂ। ਪਰ ਵਾਕਈ ਸਿਹਤ ਜਿਹੜੀ ਇਸ ਵਾਰ ਨਾ ਸਾਜ ਰਹੀ ਹੈ, ਜਿਹਨੇ ਬਹੁਤ ਤੰਗ ਕੀਤਾ। ਸੋ ਹਾਲੇ ਤੱਕ ਵੀ ਐਵੇਂ ਜਿਹਾ ਲੱਗਦਾ ਕਿ ਹਿੰਮਤ ਜੀ ਹੈ ਨਹੀਂ ਹੈ, ਬੈਠਣ ਦੀ ਵੀ ਹਿੰਮਤ ਨਹੀਂ ਹੋ ਰਹੀ, ਇੰਨੀ ਜ਼ਿਆਦਾ ਵੀਕਨੈਸ ਹੋ ਰਹੀ ਹੈ। ਪਰ ਫਿਰ ਵੀ ਇੱਕ ਹੌਸਲਾ ਅਤੇ ਇੱਕ ਹਿੰਮਤ, ਜਦੋਂ ਕਹਿੰਦੇ ਨਾ ਆਪਣੇ ਪਰਿਵਾਰ
ਦੇ ਵਿੱਚ ਸਾਰਿਆਂ ਦਾ ਸਾਂਝ ਤੁਹਾਡੇ ਨਾਲ ਜਿਹੜੀ ਆ ਹੋਵੇ ਅਤੇ ਫਿਰ ਤੁਹਾਡੇ 'ਚ ਆਪਣੇ ਆਪੋ ਹਿੰਮਤ ਆ ਜਾਂਦੀ ਆ। ਸੋ ਇਹ ਹਿੰਮਤ ਅਤੇ ਇਹ ਤੁਹਾਡਾ ਸਾਰਿਆਂ ਦਾ ਪਿਆਰ ਹੈ ਜਿਹਦੇ ਕਰਕੇ ਅੱਜ ਆਪਾਂ ਇਸ ਮੰਚ 'ਤੇ ਤੁਹਾਡੇ ਨਾਲ ਜੁੜੇ ਹਾਂ। ਜਸਵੀਰ ਭਲੂਰੀਆ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ। ਛੋਟੀ ਪਿਆਰੀ ਭੈਣ ਗਗਨ ਅਤੇ ਰੇਡੀਓ ਚੰਨ ਪਰਦੇਸੀ ਰੇਡੀਓ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਪੋਂਸਰ ਵੀਰਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ, ਅੱਜ ਦਾ ਵਿਚਾਰ ਵੀ ਹਮੇਸ਼ਾ ਦੀ ਤਰ੍ਹਾਂ ਵਧੀਆ ਲੱਗਿਆ। ਗਗਨ ਜੀ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਅਤੇ ਤੁਸੀਂ ਚੰਨ ਪਰਦੇਸੀ ਰੇਡੀਓ ਦੇ ਵਿਹੜੇ ਦੇ ਵਿੱਚ ਰੌਣਕਾਂ ਲਾਉਂਦੇ ਰਹੋ, ਸ਼ੁਕਰੀਆ। ਕੁਲਵੰਤ ਜੀ ਫਰਿਜਨਰ ਤੋਂ ਸਤਿ ਸ਼੍ਰੀ ਅਕਾਲ ਜਿਹੜੀ ਹੈ ਪਹੁੰਚ ਗਿਆ। ਰੁਪਿੰਦਰ ਕੌਰ ਮੱਲੀ ਜੀ ਵੀ ਦਰਵੈਲ ਸਿਟੀ ਪਟਿਆਲਾ ਤੋਂ ਸਾਡੇ ਨਾਲ ਜੁੜ ਗਏ ਨੇ। ਸੋ ਬਹੁਤ ਵਧੀਆ ਵਿਚਾਰ ਗਗਨ ਜੀ ਕਹਿ ਰਹੇ, ਬਹੁਤ ਬਹੁਤ ਸ਼ੁਕਰੀਆ। ਦਵਿੰਦਰ ਕੌਰ ਜੀ ਪਿੰਡ ਹੰਬੜਾ ਲੁਧਿਆਣਾ ਵਾਲੇ ਆ ਗਏ ਨੇ, ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ। ਸਤਿ ਸ਼੍ਰੀ ਅਕਾਲ ਗਗਨ ਜੀ, ਹਮੇਸ਼ਾ ਵਾਂਗ ਬਹੁਤ ਵਧੀਆ ਵਿਚਾਰ ਦੀ ਸਾਂਝ ਪਾਈ ਹੈ। ਬਹੁਤ ਦਿਨਾਂ ਬਾਅਦ ਅੱਜ ਲਾਈਵ ਪ੍ਰੋਗਰਾਮ ਦੇ ਨਾਲ ਜੁੜੇ ਹਾਂ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਕਹਿੰਦੇ ਜੀ, ਪਿਆਰ ਤਾਂ ਬਸ ਰਿਸ਼ਤੇ ਦਾ ਨਾਮ ਹੈ, ਗੱਲ ਤਾਂ ਕਿਸੇ ਦੇ ਸਾਥ ਦੇ ਨਾਲ ਰੂਹ ਨੂੰ ਸਕੂਨ ਮਿਲਣ ਦੀ ਹੁੰਦੀ ਹੈ। ਸੋ ਬਿਲਕੁਲ, ਰੂਹਾਂ ਦੇ ਸਕੂਨ ਜਿਹੜੇ ਨਾ, ਉਹਨਾਂ ਦੀਆਂ ਕਮੀਆਂ ਨੇ ਅੱਜ ਕੱਲ੍ਹ ਸਾਡੇ ਕੋਲ, ਉਹਨਾਂ ਦੀ ਜ਼ਰੂਰਤ ਵੀ ਆ। ਅਤੇ ਜੇ ਕਿਸੇ ਨੂੰ ਰੂਹ ਦਾ ਸਕੂਨ ਦੇ ਸਕਦੇ ਹਾਂ ਤਾਂ ਜ਼ਰੂਰ ਦੇਣਾ ਚਾਹੀਦਾ, ਅਤੇ ਜੇ ਲੈ ਸਕਦੇ ਤਾਂ ਲੈ ਵੀ ਲੈਣਾ ਚਾਹੀਦਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਭਾਲੇ ਤੋਂ ਵੀ ਮਿਲਦੀਆਂ ਨੇ ਆ। ਸੋ ਬਖਸ਼ੀ ਰਾਮ ਜੀ ਦੁਬਈ ਤੋਂ, ਗਗਨ ਜੀ ਸਾਰੇ ਪਰਿਵਾਰ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਸਲਾਮ। ਅਤੇ ਨਾਲ ਹੀ ਅੱਜ ਦਾ ਵਿਚਾਰ ਬਖਸ਼ੀ ਜੀ ਨੂੰ ਪਸੰਦ ਆਇਆ, ਬਹੁਤ ਬਹੁਤ ਸ਼ੁਕਰੀਆ। ਰਿੰਕੂ ਜੀ ਠੱਠੀ ਭਾਈ ਮੋਗਾ ਤੋਂ ਅੱਜ ਪ੍ਰੋਗਰਾਮ ਦੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਦਲਜੀਤ ਜੀ ਗਰੀਸ ਤੋਂ ਆ ਚੁੱਕੇ ਨੇ ਜੀ, ਸਤਿ ਸ਼੍ਰੀ ਅਕਾਲ ਦਲਜੀਤ ਜੀ ਵੱਲੋਂ ਵੀ ਪਹੁੰਚ ਗਿਆ। ਬਲਵੰਤ ਜੀ ਸਿਰੀਏਵਾਲਾ ਤੋਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ। ਪ੍ਰੋਗਰਾਮ ਦੇ ਵਿੱਚ ਮੈਸੇਜ ਆਡੀਓ ਬਕਾਇਆ ਰੱਖਣਾ ਪੁਰਾਣੀ ਰੀਤ ਸੀ, ਦੂਜੇ ਦਿਨ ਪ੍ਰੋਗਰਾਮ ਸੁਣਿਆ ਤਾਂ ਰਿਪੀਟ ਸੀ। ਪਤਾ ਲੱਗਿਆ ਕਿ ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮ ਦੀਪ ਲਾਈਵ ਸ਼ੋਅ ਦੇ ਮੈਡਮ ਦੀ ਤਬੀਅਤ ਠੀਕ ਨਹੀਂ ਸੀ ਜੀ, ਕੰਨੀ ਦੇ ਕਿਆਰੇ ਵਾਂਗ ਪਿਆਸਾ, ਤਿੰਨ ਦਿਨਾਂ ਤੋਂ ਬਲਵੰਤ ਸਿੰਘ FM ਵਾਲਾ ਕਰਦਾ ਨਹਿਰ ਦੀ ਵਾਂਗ ਉਡੀਕ ਜੀ, ਰੌਣਕ ਵਿਹੜੇ ਦੀ ਦੇ ਵਿੱਚ ਹੱਥ ਜੋੜ ਕੇ ਕਰਦੇ ਹਾਂ ਬੇਨਤੀ, ਮੈਡਮ ਗਗਨਦੀਪ ਜੀ ਸਾਡੇ ਸਾਰੇ ਮੈਸੇਜ ਪੜ੍ਹੋ, ਅੱਗੇ ਪਾਓ ਨਾ ਤਰੀਕ ਜੀ, ਭਲਾ ਤੁਹਾਡੀ ਹੁਣ ਤਾਂ ਹੈ ਸਿਹਤ ਠੀਕ ਜੀ? ਠੀਕ ਜੀ, ਠੀਕ ਜੀ, ਹਾਂ ਬਿਲਕੁਲ ਜੀ, ਹੁਣ ਸਿਹਤ ਠੀਕ ਹੈਗੀ ਆ, ਪਰ ਬਾਹਲੀ ਠੀਕ ਤਾਂ ਨਹੀਂ ਕਹਿ ਸਕਦੇ, ਕਾਫੀ ਹੱਦ ਤੱਕ ਠੀਕ ਹੈ। ਸੋ ਅੱਜ ਤੁਹਾਨੂੰ ਪਤਾ, ਤਾਰੀਖ ਜਿਹੜੀ ਆ ਅੱਗੇ ਨਹੀਂ ਪਾਵਾਂਗੇ, ਤੁਹਾਡੇ ਮੈਸੇਜ ਜਿਹੜੇ ਆ ਜ਼ਰੂਰ ਸਾਂਝੇ ਕਰਾਂਗੇ। ਇੱਕ ਮੈਸੇਜ ਹੋ ਗਿਆ ਅਤੇ ਆਡੀਓ ਮੈਸੇਜ ਵੀ ਬਹੁਤ ਜਲਦ ਸਾਰਿਆਂ ਦੇ ਨਾਲ ਸਾਂਝ ਜਿਹੜੀ ਹੈ ਪਾਵਾਂਗੇ। ਗੁਰਦੀਸ਼ ਕੌਰ ਗਰੇਵਾਲ ਜੀ ਕੈਨੇਡਾ ਕੈਲਗਰੀ ਤੋਂ ਸਾਡੇ ਨਾਲ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਪਹੁੰਚ ਗਿਆ। ਅਤੇ ਇਹਨਾਂ ਦੇ ਨਾਲ ਅੱਜ ਵੀ ਪਹੁੰਚੇ ਨੇ ਸਰਬਜੀਤ ਉੱਪਲ ਜੀ ਦੇ, ਅੱਜ ਸਰਬਜੀਤ ਜੀ ਆਪਣੀ ਆਵਾਜ਼ ਦੇ ਵਿੱਚ ਬਹੁਤ ਹੀ ਸੋਹਣੇ ਰੰਗ ਨੂੰ ਜਿਹੜਾ ਇਸ ਮੰਚ 'ਤੇ ਲੈ ਕੇ ਆਉਣਗੇ, ਜਿਹਦੇ ਨਾਲ ਸਾਡੇ ਵਿਹੜੇ 'ਚ ਰੌਣਕਾਂ ਲੱਗਣੀਆਂ ਨੇ, ਬਹੁਤ ਜਲਦ ਸਾਂਝ ਪਾਵਾਂਗੇ। ਕਰਨੈਲ ਗਿੱਲ ਜੀ ਸਿਆਟਲ ਅਮੈਰੀਕਾ ਤੋਂ ਆ ਚੁੱਕੇ ਨੇ, ਸਤਿ ਸ਼੍ਰੀ ਅਕਾਲ ਇਹਨਾਂ ਵੱਲੋਂ ਵੀ ਆ ਗਈ ਹੈ। ਸਤਪਾਲ ਕਿੰਗਰਾ ਜੀ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ, ਸਤਿ ਸ਼੍ਰੀ ਅਕਾਲ ਭੈਣ ਗਗਨਦੀਪ ਜੀ। ਅਜੇ ਵੀ ਭੈਣ ਗਗਨਦੀਪ ਜੀ ਤੁਹਾਡਾ ਗਲਾ ਪੂਰੀ ਤਰ੍ਹਾਂ ਦੇ ਨਾਲ ਠੀਕ ਨਹੀਂ ਲੱਗ ਰਿਹਾ। ਹਾਂ ਬਿਲਕੁਲ ਸਤਪਾਲ ਜੀ, ਹਲੇ ਵੀ ਪੂਰੀ ਤਰ੍ਹਾਂ ਦੇ ਨਾਲ ਠੀਕ ਨਹੀਂ ਹੈ, ਪਰ ਕੀ ਕਰੀਏ, ਸਾਂਝ ਇਸ ਪਰਿਵਾਰ ਦੇ ਵਿੱਚ ਪਾਉਣ ਦਾ ਮੇਰਾ ਵੀ ਬਹੁਤ ਦਿਲ ਕਰ ਰਿਹਾ ਸੀ, ਕਿਉਂਕਿ ਬਹੁਤ ਸਾਰੇ ਤੁਹਾਡੇ ਭੈਣ ਭਰਾਵਾਂ ਦੇ ਮੈਸੇਜ ਆ ਰਹੇ ਸੀ। ਸੋ ਕਹਿੰਦੇ ਨਾ, ਜਦੋਂ ਆਪਣੇ ਕੋਲ ਇੱਕ ਵਿਹੜਾ ਹੋਵੇ, ਇੱਕ ਪਰਿਵਾਰ ਹੋਵੇ, ਅਤੇ ਫਿਰ ਉਹ 'ਚ ਹਾਜ਼ਰੀ ਨਾ ਲੱਗੇ, ਆਪਣੇ ਆਪ ਨੂੰ ਵੀ ਮਲਾਲ ਹੁੰਦਾ, ਅਤੇ ਮੈਨੂੰ ਲੱਗਦਾ ਵੀ ਮੈਂ ਆਪਣੇ ਇਸ ਪਰਿਵਾਰ 'ਚ ਆ ਕੇ ਛੇਤੀ ਠੀਕ ਹੋ ਜਾਊਂਗੀ। ਸੋ ਇਸੇ ਕਰਕੇ ਅੱਜ ਅਸੀਂ ਆਏ ਹਾਂ। ਸੋ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਛੇਤੀ ਛੇਤੀ ਆਵਾਜ਼ ਜਿਹੜੀ ਹੈ ਦੁਬਾਰਾ ਸਹੀ ਤਰੀਕੇ ਦੇ ਨਾਲ ਨਾ ਸਾਡਾ ਸਾਥ ਦਊਗੀ। ਸੁਖਵਿੰਦਰ ਸਿੰਘ ਸੁੱਖੀ ਜੀ ਵੀ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ, ਅਤੇ ਸੁਖਵਿੰਦਰ ਸਿੰਘ ਸੁੱਖੀ ਜੀ ਨਿਊਜਰਸੀ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਗਗਨ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਕਹਿੰਦੇ ਆਪਣੀ ਸਿਹਤ ਦਾ ਹਾਲ ਦੱਸੋ ਜੀ। ਸੋ ਬਿਲਕੁਲ, ਹੁਣ ਮੇਰੀ ਸਿਹਤ ਕਾਫੀ ਹੱਦ ਤੱਕ ਠੀਕ ਹੈ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਹੁਣ ਆਵਾਜ਼ ਨਿਕਲ ਰਹੀ ਹੈ, ਵਿੱਚ ਸੀ ਅਤੇ ਗਲੇ ਨੇ ਉਹ ਵੀ ਬੰਦ ਕਰਤੀ ਸੀ। ਸੋ ਹੁਣ ਕਾਫੀ ਹੱਦ ਤੱਕ ਦਰੁਸਤ, ਅਤੇ ਨਾਲ ਹੀ ਦਲਜੀਤ ਜੀ ਗਰੀਸ ਤੋਂ ਪਹੁੰਚ ਚੁੱਕੇ ਨੇ ਜੀ, ਸਤਿ ਸ਼੍ਰੀ ਅਕਾਲ ਆ ਗਿਆ। ਰਮਨ ਵਰਮਾ ਜੀ ਹਨੂੰਮਾਨਗੜ੍ਹ ਤੋਂ ਜੁੜ ਗਏ ਨੇ। ਸਤਿਕਾਰਯੋਗ ਗਗਨਦੀਪ ਮੈਡਮ ਆਪ ਜੀ ਨੂੰ ਅਤੇ ਸਮੂਹ ਸਟਾਫ ਨੂੰ, ਪ੍ਰੋਗਰਾਮ ਸੁਣ ਰਹੇ ਤਮਾਮ ਸਰੋਤਿਆਂ ਨੂੰ ਵੀ ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਕਬੂਲ ਕਰੋ। ਸਮੂਹ ਵਰਮਾ ਫੈਮਿਲੀ ਦੇ ਵੱਲੋਂ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਸਿਦਕ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਵਰਮਾ ਪਰਿਵਾਰ ਪੂਰਾ, ਨੇੜੇ ਬੱਸ ਸਟੈਂਡ ਪਿੰਡ ਬੁਰਜ ਹਨੂੰਮਾਨਗੜ੍ਹ ਮੰਡੀ ਅਰਨੀ ਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ, ਅਹਿਮਦਗੜ੍ਹ ਮੰਡੀ ਤੋਂ ਮੁਹੰਮਦ ਅਨਵਰ ਅੰਸਾਰੀ ਜੀ ਅਤੇ ਰਵੀਨਾ ਆਫੀਆ ਪੂਰੇ ਪਰਿਵਾਰ ਦੇ ਨਾਲ ਆ ਗਏ ਨੇ ਜੀ, ਗੁਰੂ ਤੇਗ ਬਹਾਦਰ ਮਾਰਕੀਟ ਤੋਂ। ਅਤੇ ਸਵਾਗਤ ਜੀ ਸਰਬਜੀਤ ਜੀ ਵੀ ਵਨੀਪੈਕ ਤੋਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ। ਕਮਲਜੀਤ ਜੀ ਜਿਹੜੇ ਅਮੈਰੀਕਾ ਤੋਂ ਪ੍ਰੋਗਰਾਮ ਦੇ ਨਾਲ ਸਾਂਝ ਬਣਾ ਚੁੱਕੇ ਨੇ। ਦਲਬੀਰ ਸਿੱਧੂ ਜੀ ਵਿਨੀਬੇਗ ਤੋਂ ਪ੍ਰੋਗਰਾਮ ਦੇ ਨਾਲ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਇਹਨਾਂ ਦੇ ਵੱਲੋਂ। ਰਾਜਕੁਮਾਰ ਜੀ ਟੈਪੀ ਤੋਂ ਪ੍ਰੋਗਰਾਮ ਨਾਲ ਜੁੜ ਗਏ ਨੇ। ਗਗਨ ਭੈਣ ਜੀ ਪ੍ਰੋਗਰਾਮ ਨੂੰ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਿੰਡ ਪਤਾ
तहसील पिंड टैपी तहसील जैतों जिला फरीदकोट भेजण वाले राजकुमार जी स्वागत। ते जिमी जी जिहड़े साडे नाल बिल्कुल गुड़गांव तो जुड़ चुके ने जी, इन्हां दे वल्लों वी सति श्री अकाल नमस्कार पहुंच चुकी है। भीम सैन जी राजरानी नन्नी मुन्नी प्यारी कट ते अनिकेत हमेशा दी तरह आ गए ने। कहिंदे इह जरूरी नहीं कि असीं उमर दे विच वड्डे हां तां सानूं सब कुछ आउंदा है, अपने तो छोटियां दे कोलों वी कुछ सिखण दे लई मिलदा है तां जरूर सिखो। गुलशन कोमल सो बिल्कुल जी, अपने तो छोटियां तो भी बहुत गल्लां सीखण नूं मिल जांदियां ने जिंदगी ते कायनात दी ना हर शायद विच कुछ ना कुछ ज्ञान छुपया हुंदा, बस साडी तरबियत जिहड़ी आ उस ज्ञान नूं हासिल करन वाली होनी चाहीदी है। जे हैगी आ तां फिर असीं ज्ञान हर जगह हर चीज़ हर शायद विच हासिल कर सकते हैं। रविंदर कौर जी लुधियाना पिंड हंबड़ा वाले जी ये भी प्रोग्राम दे नाल, मेजर सिंह जी अमेरिका तो प्रोग्राम दे नाल जुड़े ने, सति श्री अकाल गगनदीप बेटा वेलकम बैक, सो शुक्रिया। जगदीप जी गिलपत्ती तो प्रोग्राम दे नाल जुड़ चुके ने, अमिता जी पटियाला तो आ गए ने, नमस्कार पहुंच गए जी इन्हां दे वल्लों वी। ते रणजीत सिंह जी दुबई तो प्रोग्राम दे नाल सति श्री अकाल गगन जी, तुहानू भी सति श्री अकाल। सुरिंदर संधु जी जाडला टाउन तो प्रोग्राम दे नाल जुड़ गए ने, प्यार भरी नमस्कार गगन जी मेन बाजार जाडला टाउन तो। सुरिंदर संधु, अनीता संधु, रोहित संधु, रितेश संधु जी पूरे परिवार दे नाल प्रोग्राम च आ गए ने। मनमोहन जी न्यू जर्सी तो प्रोग्राम नाल सांझ बना चुके ने। गुरविंदर कौर जी पटियाला तो जुड़ गए ने जी। बी सिंह कुहार जी कुहार वाला पिंड तो साडे नाल अपनी सांझ बना चुके ने। ते रितु जी भी पटियाला तो, ते कृष्ण जी जिहड़े आ दुबई पहुंच गए ने जी। बहुत सोहणियां तस्वीरां कृष्ण जी तुहाडियां परिवार दे नाल जो साडे कोल पहुंचियां ने, बड़ी खुशी होई तुहानूं अपने परिवार दे विच वेख के। सो साडे वल्लों बहुत बहुत मुबारकां बहरीन पहुंचन ते। सो वाकई बहरीन दियां सोहणियां तस्वीरां। ते नाल ही नरेंद्र कुमार जी बठिंडा तो प्रोग्राम दे नाल जुड़ चुके ने। गुरदीप दानी जी जिहड़े आ फुल्लो मिट्टी तो कहिंदे आ जी, ख्याल रखियो हल्की चीज़ बहुत छेती उड़दी है, इस दे लई मजबूत नाल ही दोस्ती रख्या करो। गुरदीप दानी जी फुल्लो मिट्टी तो। हरमेल जी वकील साहब बठिंडा तो प्रोग्राम दे नाल सति श्री अकाल इन्हां दे वल्लों भी पहुंच चुकी है। जगतार जी होंगकोंग तो प्रोग्राम दे नाल जुड़ गए ने। हरमन जी न्यू जर्सी तो, बिंदरजीत कौर जी बठिंडा तो प्रोग्राम दे नाल, रेणू जी राजस्थान तो, सुरजीत सिंह औलख जी भी प्रोग्राम दे नाल अपनी सांझ बना चुके ने। सति श्री अकाल गगन जी, मेरा पिंड भी गगन भैन जी तहसील जैतो जिला फरीदकोट पंजाब है। सो क्या बात है। सिकंदर सिंह औजला जी भी अमेरिका तो पहुंच चुके ने जी। आयां नूं गगन जी पूरे कायम नहीं हैगे हजे। हाँ बिल्कुल पूरे कायम नहीं हैगे, वाकई तुहाडी गल सही है, पर उम्मीद है कि ठीक हो जाएंगे छेती छेती। विशाल कुमार जी इटली तो जिहड़े आ पहुंच गए ने, सति श्री अकाल आ गई है जी इन्हां दे वल्लों। जसवंत सिंह माहे जी विनीबेग तो प्रोग्राम दे नाल जुड़ गए ने। दर्शन सिंह जी पिंड किशनपुरा दिखनाद हनुमानगढ़ तो। सो जिन्ने कु मैं स्नेह पढ़ लिये उन्ने कु मेरे कोल फिर आ गए ने। सो स्नेहा दी सांझ इसे तरीके नाल आपां सारे प्रोग्राम दे विच नाल नाल पौंदे जावांगे। थोड़ा जिहा गले नूं रैसट करवाउने आ ते हुण चलदे आ जसविंदर जी होरां कोल, क्योंकि इस वेले ओह साडे इस वेड़े दे विच रौनकां लाउण दे लई आ चुके ने। आओ बनाने सन जसविंदर जी होरां दे नाल जो इस वेले विनीपेग तो प्रोग्राम च आ गए ने। जसविंदर जी बहुत बहुत स्वागत प्रोग्राम च जी। गगन सति श्री अकाल सारयां नूं। मैं अज गीत दा गाउणा नहीं हैगा, मैं जिवें गैस्ट लाउंदा हुंदा ना बंदा वी, यार वी गगन क्यों नहीं आई है ना दो तीन दिन। हां जी जी, तां गगन मैं तुहानूं दसदा ਮੇਰੇ ਇੱਕ ਦੂਜੇ ਨੰਬਰ ਸੈਕਿੰਡ ਨੰਬਰ ਦਾ ਮਾਮਾ, ਜਿਹੜਾ ਤਿੰਨ ਮਾਮੇ ਨੇ, ਸੈਕਿੰਡ ਨੰਬਰ ਵਾਲੇ ਮਾਮੇ ਦੀ ਇੱਕ ਬੇਟੀ ਨਾ ਕੰਪਿਊਟਰ ਟੀਚਰ ਹੈ, ਉਹਦੀ 75,000 ਰੁਪਏ ਤਨਖਾਹ ਹੈ ਨਾ। ਅੱਛਾ। ਤੇ ਜਿਹੜਾ ਤੀਜੇ ਨੰਬਰ ਵਾਲਾ ਮਾਮਾ ਉਹਦੀ ਨੂੰਹ ਵੀ ਕੰਪਿਊਟਰ ਟੀਚਰ ਹੈ, ਉਹਦੀ ਵੀ 75,000 ਰੁਪਏ ਤਨਖਾਹ ਹੈ। ਤੇ ਇੱਕ ਮੇਰੀ ਦੂਜੇ ਨੰਬਰ ਵਾਲੀ ਮਾਸੀ ਹੈ ਜਿਹੜੀ, ਉਹਦੀ ਵੀ ਨੂੰਹ ਕੰਪਿਊਟਰ ਟੀਚਰ ਹੈ, ਉਹਦੀ ਵੀ 75,000 ਰੁਪਏ ਤਨਖਾਹ ਹੈ। ਤੇ ਮੈਂ ਮਾਮੇ ਦੀ ਬੇਟੀ ਨਾਲ ਗੱਲ ਕੀਤੀ ਵੀ ਤੁਸੀਂ ਫਿਰ ਚੰਨੀ ਦਾ ਸਿਆਪਾ ਕਿਉਂ ਕਰਦੀਆਂ ਸੀ ਜਾਗ ਜਾਗ ਕੇ ਹਨਾ। ਕਹਿੰਦੇ 25,000 ਰੁਪਏ ਘੱਟ ਹੈ ਹਜੇ ਹਨਾ। ਅੱਛਾ, ਉਹ ਜਿਹੜੇ ਰੈਗੂਲਰ ਟੀਚਰ ਨੇ, ਮਤਲਬ ਉਹ ਉਹਨਾਂ ਦੇ ਸਕੇਲ ਦੇ ਹਿਸਾਬ ਨਾਲ ਉਹਨਾਂ ਦੀ 25,000 ਘੱਟ ਹੈ, ਵੀ ਸਾਡੀ ਲੱਖ ਲੱਖ ਹੋਣੀ ਚਾਹੀਦੀ ਹੈ ਨਾ। ਤਾਂ ਮੈਨੂੰ, ਮੈਂ ਗੈਸ ਲਾਇਆ ਸੀ, ਮੈਂ ਕਹਿੰਦਾ ਵੀ ਗਗਨ ਵੀ ਪਹੁੰਚ ਗਈ ਛੰਭੂ ਬਾਰਡਰ ਰੇਡੀਓ ਛੱਡ ਕੇ ਜੀ। ਵੀ ਕਹਿੰਦੀ ਹੋਣੀ ਹਮਾਰੀ ਤਨਖਾਹ, ਹਮਾਰੀ ਮੰਗੇ ਪੂਰੀ ਕਰੋ, ਹਮਾਰੀ ਤਨਖਾਹ ਬੜਾਓ ਜੀ। ਜਸਵਿੰਦਰ ਜੀ ਖੈਰ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਜੀ, ਜਿੱਥੇ ਹੱਕਾਂ ਦੀ ਲੜਾਈ ਹੋਵੇ ਤੇ ਖੜਨਾ ਚਾਹੀਦਾ। ਬਿਲਕੁਲ ਹਾਂਜੀ। ਤੇ ਗਗਨ ਦੂਜੇ ਕੀ ਕਹਿੰਦੇ ਨੇ, ਇੱਕ ਦੇਖ ਰਿਹਾ ਸੀ, ਜ਼ੋਰ ਲਾ ਰਿਹਾ ਵੀ ਤੁਹਾਡਾ ਪ੍ਰੋਗਰਾਮ 1 ਘੰਟੇ ਤੋਂ 2 ਘੰਟੇ ਦਾ ਹੋਵੇ, ਟਾਈਮ ਜਿਹੜਾ ਤੁਹਾਨੂੰ ਸੂਟ ਕਰਦਾ ਉਹ ਦੇਖ ਲੈਣਾ। ਜਿਵੇਂ ਵੀ
ਜਿਹੜਾ ਹੁਣ ਪ੍ਰੋਗਰਾਮ ਚੱਲਿਆ ਇਸ ਤੋਂ ਪਹਿਲਾਂ ਗੁਰਪ੍ਰੀਤ ਚਾਹਲ ਤੋਂ ਪਹਿਲਾਂ ਵੀ ਜੇ ਦੋ ਘੰਟੇ ਦਾ ਟਾਈਮ ਜਿਹੜਾ ਫ੍ਰੀ ਪਿਆ ਉਹ ਇਹਨਾਂ ਨੂੰ ਸਾਨੂੰ ਵੀ ਠੀਕ ਰਹੂਗਾ, ਇੰਡੀਆ ਵਾਲਿਆਂ ਨੂੰ ਵੀ ਠੀਕ ਰਹੂ, ਕਿਉਂਕਿ ਇੰਡੀਆ ਵਾਲਿਆਂ ਨੂੰ ਵੀ ਜ਼ਿਆਦਾ ਜਾਗਣਾ ਨਹੀਂ ਪਊਗਾ ਤੇ ਅਸੀਂ ਸਵੇਰੇ ਸਵੇਰੇ ਗੱਡੀ ਚਲਾਉਂਦੇ ਆਰਾਮ ਨਾਲ ਸੁਣ ਸਕਦੇ। ਤੇ ਪ੍ਰੋਗਰਾਮ ਹੋਣਾ ਚਾਹੀਦਾ ਦੋ ਘੰਟੇ, ਕਿਉਂਕਿ ਕਾਲਰ ਵਿਚਾਰੇ ਦੇਖਦੇ ਰਹਿ ਜੇ ਨੇ, ਕਾਲ ਕੁਲ ਲੱਗਦੀ ਨਹੀਂ। ਆ ਤਾਂ ਮੈਂ ਮੱਥ ਕੇ ਅੱਜ ਪਹਿਲੇ ਨੰਬਰ ਤੇ ਲਾ ਲਈ ਕਾਲ, ਹੈ ਨਾ ਜੀ। ਅੱਛਾ, ਤੀਜੇ ਗਗਨ ਨਾ ਮੈਂ ਦੱਸਣਾ ਸੀਗਾ ਵੀ ਅੱਜ ਨਾ, ਅੱਜ ਜਾਂ ਕੱਲ ਨੂੰ ਪਤਾ ਨੀ, ਭਗਤ ਰਵਿਦਾਸ ਜੀ ਦਾ ਜਨਮ ਦਿਨ ਹੈ ਨਾ ਜੀ ਜੀ, ਕੱਲ ਰੇਡੀਓ, ਹਾਂਜੀ ਹਾਂਜੀ, ਰੇਡੀਓ ਚੰਨਪੁਰ ਦੇਸੀ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਨਾ ਮੈਨੂੰ ਟਾਰਗੇਟ ਕਰ ਦਿੱਤਾ ਗਿਆ, ਕਹਿੰਦੇ ਵੀ ਜਾਤ ਪਾਤ ਦੀ ਗੱਲ ਕਰਦਾ ਹੈ ਨਾ, ਜਦ ਕਿ ਭਗਤ ਰਵਿਦਾਸ ਜੀ ਨੂੰ ਮੈਂ ਭਗਤ ਰਵਿਦਾਸ ਜੀ ਨੂੰ ਮੈਂ ਮੱਥਾ ਟੇਕਦਾ ਜੀ। ਤੇ ਮੈਂ ਸਿਰਫ ਇਹ ਗੱਲ ਕੀਤੀ ਹੈ ਵੀ ਕਈ ਲੋਕ ਕਹਿੰਦੇ ਨੇ ਭਗਤ ਰਵਿਦਾਸ ਸਾਡਾ, ਕੋਈ ਕਹਿੰਦਾ ਭਗਤ ਨਾਮਦੇਵ ਸਾਡਾ, ਇਹ ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਨੇ ਉਹ ਮੇਰੇ ਵੀ ਓਨੇ ਹੀ ਨੇ ਹਨਾ। ਤੇ ਮੈਂ ਸਿਰਫ ਟੈਕਨੀਕਲ ਇਹ ਗੱਲ ਕੀਤੀ ਵੀ ਜਿਹੜੇ ਭਗਤ ਰਵਿਦਾਸ ਜੀ ਨੇ ਜਾਂ ਭਗਤ ਨਾਮਦੇਵ ਜੀ ਨੇ ਜਾਂ ਜਿੰਨੇ ਵੀ ਭਗਤ ਹੋਏ ਨੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋਏ ਨੇ, ਇਹਨਾਂ ਨੇ ਸਿਸਟਮ ਨੂੰ ਚੈਲੰਜ ਕੀਤਾ ਸੀਗਾ ਹਨਾ। ਇਹਨਾਂ ਨੇ ਆਪਣੇ ਹੱਕ ਮੰਗੇ ਸੀ ਵੀ ਇੱਕ ਜਿਹੜਾ ਉੱਚੀ ਜਾਤ ਵਾਲਾ ਬੰਦਾ ਕਿਉਂ ਉਹ ਉਹਦੇ ਲਈ ਕਿਉਂ ਸਭ ਜ਼ਿਆਦਾ ਹੈ ਤੇ ਸਾਡੇ ਲਈ ਕਿਉਂ ਨੀ ਹੈਗਾ। ਤਾਂ ਮੈਂ ਉਹਨਾਂ ਬੰਦਿਆਂ ਦਾ, ਮੇਰੇ ਦੋਸਤ ਮਿੱਤਰ ਸਾਰੀਆਂ ਜਾਤਾਂ ਪੱਤਾਂ ਦੇ ਬੰਦੇ ਹੈਗੇ ਨੇ ਨਾ, ਦੋ ਘੰਟੇ ਲਈ ਧਰਨਾ ਅਸੀਂ ਵੀ ਸ਼ੰਭੂ ਬਾਰਡਰ ਰੋਕ ਦਾਂਗੇ, ਦੋ ਘੰਟੇ ਤੁਹਾਡਾ ਹੋਣਾ ਚਾਹੀਦਾ। ਅੱਛਾ, ਇੱਕ ਹੋਰ ਮੇਰੇ ਗੱਲ ਯਾਦ ਆ ਗਈ, ਜਿਹੜਾ ਵੀਰ ਜੀ ਇੱਕ ਇਟਲੀ ਤੋਂ ਆਉਂਦੇ ਨਾ ਜਿਹੜੇ ਕਹਿੰਦੇ ਮੇਰਾ ਨਾਂ ਨੀ ਬੋਲਣਾ, ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਭਾਈ, ਆਪਣਾ ਨਾਂ ਵਿਸ਼ਾਲ ਸੀ ਸ਼ਾਇਦ ਉਹਨਾਂ ਦਾ, ਇੱਕ ਦਿਨ ਤੁਹਾਡੇ ਮੂੰਹ ਨਿਕਲ ਵੀ ਗਿਆ ਸੀ, ਵੀ ਉਹਨਾਂ ਦਾ ਨਾਂ ਪ੍ਰੋਪਰ ਬੋਲਿਆ ਜਾਵੇ ਤਾਂ ਹੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਨਾ, ਵੀ ਜੇ ਤੁਸੀਂ ਆਪਾਂ ਲੁਕ ਲੁਕ ਕੇ ਦਾਨ ਕਰੀ ਜਾਵਾਂਗੇ ਉਹ ਕੋਈ ਫਾਇਦਾ ਨੀ, ਆਪਣਾ ਨਾਂ ਟੌਰ ਨਾ ਬੁਲਵਾਓ ਤਾਂ ਕਿ ਤੁਹਾਨੂੰ ਸੁਣ ਕੇ ਕਿਸੇ ਹੋਰ ਦਾ ਵੀ ਜੀ ਕਰਿਆਵੇ ਸਪੋਂਸਰ ਕਰਨ ਦਾ ਹਨਾ ਜੀ ਜੀ। ਓਕੇ, ਸੰਗਣਾ ਸੰਗਣਾ ਨੀ ਚਾਹੀਦਾ। ਓਕੇ ਜੀ ਜੀ ਜੀ, ਸ਼ੁਕਰੀਆ ਜਸਵਿੰਦਰ ਜੀ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ। ਲਓ ਜੀ, ਅੱਜ ਜਸਵਿੰਦਰ ਜੀ ਆਪਣੇ ਦਿਲ ਦੀਆਂ ਜਿੰਨੀਆਂ ਗੱਲਾਂ ਨੇ ਨਾ ਉਹ ਕਰਕੇ ਗਏ ਨੇ। ਸੋ ਗੱਲਾਂ ਵੀ ਜ਼ਰੂਰੀ ਹੋ ਜਾਂਦੀਆਂ ਨੇ ਜ਼ਿੰਦਗੀ 'ਚ, ਪਰ ਜਦੋਂ ਰੌਣਕਾਂ ਲਾਉਣੀਆਂ ਹੁਣ ਵਿੜਿਆਂ 'ਚ ਨਾ, ਤਾਂ ਮੈਨੂੰ ਲੱਗਦਾ ਵੀ ਫਿਰ ਆਪਾਂ ਰੌਣਕਾਂ ਦੀ ਗੱਲ ਕਰੀਏ ਅਤੇ ਫਿਰ ਜ਼ਿਆਦਾ ਵਧੀਆ, ਕਿਉਂਕਿ ਮੂਡ ਸਾਡਾ ਰੌਣਕਾਂ ਵਾਲਾ ਹੁੰਦਾ ਅਤੇ ਅਸੀਂ ਗੱਲਾਂ 'ਚ ਜਾ ਪਹੁੰਚੀਏ ਅਤੇ ਫਿਰ ਮੈਨੂੰ ਲੱਗਦਾ ਵੀ ਬਾਕੀ ਸਾਰੇ ਸੋਚ ਰਹੇ ਹੋਣਗੇ ਵੀ ਇਹ ਰੌਣਕਾਂ ਦਾ ਵਿਹੜਾ ਜਿਹੜਾ ਨਾ ਅੱਜ ਗੱਲਾਂ 'ਚ ਤਬਦੀਲ ਹੋ ਗਿਆ। ਖੈਰ ਕੋਈ ਗੱਲ ਨਹੀਂ, ਅੱਜ ਆਪਾਂ ਰੌਣਕਾਂ ਲਾਵਾਂਗੇ, ਜ਼ਰੂਰ ਲਾਵਾਂਗੇ। ਇਸ ਵੇਲੇ ਪ੍ਰੋਗਰਾਮ ਦੇ ਵਿੱਚ ਭੀਮ ਸੈਨ ਜੀ ਆ ਰਹੇ ਨੇ, ਆਓ ਭੀਮ ਜੀ ਵੱਲ ਚੱਲਦੇ ਹਾਂ, ਦੇਖਦੇ ਹਾਂ ਭੀਮ ਜੀ ਕਿਹੜੀ ਖਾਸ ਗੱਲ ਲੈ ਕੇ ਪਹੁੰਚਦੇ ਨੇ ਜਾਂ ਕੋਈ ਰੌਣਕ ਲਾਉਣਗੇ। ਗੀਤ ਸੰਗੀਤ ਕਦੋਂ ਸੁਣਾਂਗੇ ਪਾਈਏ ਸਾਂਝ ਫਿਰ ਭੀਮ ਜੀ ਹੋਰਾਂ ਦੇ ਨਾਲ। ਭੀਮ ਜੀ ਸਵਾਗਤ ਪ੍ਰੋਗਰਾਮ 'ਚ। ਇੰਤਹਾ ਹੋ ਗਈ ਇੰਤਯਾਰ ਕੀ, ਆਈ ਨਾ ਕੋਈ ਖਬਰ ਮੇਰੇ ਯਾਰ ਕੀ, ਉਹ ਯਾਰ ਤੋਂ ਮੱਝ ਗਈ ਡੋਡੇ ਲੈਣੇ ਆ, ਸਾਡੀ ਭੈਣ ਗਗਨ ਦੀ ਬਹੁਤ ਲੰਬੇ ਸਮੇਂ ਬਾਅਦ ਆਈ ਹੈ, ਅਸੀਂ ਫੁੱਲਾਂ ਨਾਲ ਤਹਿ ਦਿਲੋਂ ਬਹੁਤ ਬਹੁਤ ਪਹਿਲੇ ਸਵਾਗਤ ਕਰਦੇ ਹਾਂ। ਸਾਰੇ ਪਰਿਵਾਰ ਨੂੰ ਭੀਮ ਸੈਨ ਬਠਿੰਡਾ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਜੀ। ਜੀ ਤੁਹਾਨੂੰ ਵੀ ਭੀਮ ਜੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਤੇ ਸਵਾਗਤ। ਬਹੁਤ ਵਧੀਆ ਲੱਗਿਆ ਤੁਹਾਡੀ ਆਵਾਜ਼ ਨੂੰ ਸੁਣ ਕੇ, ਸੋਹਣਾ ਅੰਦਾਜ਼ ਤੁਹਾਡਾ ਦੁਆਵਾਂ ਦਾ, ਤੇ ਇਹੋ ਹੀ ਦੁਆਵਾਂ ਸਾਡੇ ਵੱਲੋਂ ਵੀ ਤੁਹਾਡੇ ਵਾਸਤੇ ਨੇ ਕਿ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖੇ। ਕਿਉਂਕਿ ਰੋਜ਼ ਟਿਕ ਟਿਕੀ ਲਾ ਕੇ ਬੈਠਾ ਹੁੰਦਾ ਜੀ ਭੀਮ, ਮੈਸੇਜ ਆਊਗਾ ਮੈਸੇਜ ਆਊਗਾ ਮੈਸੇਜ ਆਊਗਾ, ਉਹ ਅੱਜ ਟਿਕ ਟਿਕੀ ਵਾਲਾ ਕੰਮ ਖਤਮ ਹੋ ਗਿਆ। ਚਲ ਮਤਲਬ ਹੁਣ ਕੋਸ਼ਿਸ਼ ਕਰਾਂਗੇ ਕਿ ਆਪਾਂ ਰੈਗੂਲਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝ ਬਣਾਈਏ। ਸੋ ਬਹੁਤ ਵਧੀਆ ਲੱਗਿਆ ਜੀ ਤੁਹਾਡੀ ਆਵਾਜ਼ ਨੂੰ ਸੁਣ ਕੇ ਇਸ ਮੰਚ ਤੇ ਤੁਸੀਂ ਆਏ, ਤੇ ਅੱਜ ਸੁਣਾਓਗੇ ਕੁਛ? ਨਹੀਂ ਬਸ, ਅਸੀਂ ਤਾਂ ਮਾਲਕ ਅੱਗੇ ਅਰਦਾਸ ਕਰਦੇ ਹਾਂ ਵੀ ਮਾਲਕਾ ਬਹੁਤ ਛੁੱਟੀਆਂ ਬਚ ਗਈਆਂ, ਹੁਣ ਇਸ ਤੋਂ ਬਾਅਦ ਛੁੱਟੀ ਨਹੀਂ ਹੋਣੀ ਚਾਹੀਦੀ ਬਸ। ਜੀ 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 ਜੀ, ਸ਼ੁਕਰੀਆ ਸ਼ੁਕਰੀਆ ਭੀਮ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਇਹ ਸਨ ਭੀਮ ਸੈਨ ਜੀ ਜੋ ਦੇਖੋ ਦੁਆਵਾਂ ਕਰਕੇ ਗਏ ਨੇ। ਸੋ ਇਸ ਵੇਲੇ ਸਤਪਾਲ ਕਿੰਗਰਾ ਜੀ ਸਾਡੇ ਨਾਲ ਨੇ, ਪਰ ਉਸ ਤੋਂ ਪਹਿਲਾਂ ਸਰਬਜੋਤ ਜੀ ਜੋ ਉੱਪਲ ਸਾਡੇ ਨਾਲ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਆਡੀਓ ਮੈਸੇਜ ਦੇ ਨਾਲ ਜੁੜੇ ਸੀ, ਅੱਜ ਵੀ ਉਹਨਾਂ ਦੇ ਵੱਲੋਂ ਇੱਕ ਆਡੀਓ ਪਹੁੰਚੀ ਹੈ। ਸੋ ਲਓ ਫਿਰ ਸਾਡੇ ਵਿਹੜੇ 'ਚ ਰੌਣਕਾਂ ਲਾਉਂਦੇ ਹਾਂ ਜੀ ਸਰਬਜੀਤ ਜੀ ਦੀ ਆਵਾਜ਼ ਦੇ ਨਾਲ, ਕਿਉਂਕਿ ਕੁਝ ਨਾ ਕੁਝ ਸੰਗੀਤਮਈ ਅਤੇ ਇਹਨਾਂ ਦੀ ਆਵਾਜ਼ ਸਾਡੇ ਕੋਲ ਆਇਆ। ਸੋ ਕਿਹੜਾ ਰੰਗ ਹੈ
ਜਿਹੜਾ ਅੱਜ ਇਸ ਵਿਹੜੇ ਦੇ ਵਿੱਚ ਸੰਗੀਤਮਈ ਰੂਪ ਦੇ ਵਿੱਚ ਰੌਣਕਾਂ ਲਾਊਗਾ। ਆਓ ਚੱਲਦੇ ਹਾਂ ਸਰਬਜੀਤ ਉੱਪਲ ਜੀ ਹੋਰਾਂ ਦੀ ਆਵਾਜ਼ ਜੋ ਪਹੁੰਚੀ ਹੈ ਆਡੀਓ ਦੇ ਰੂਪ ਚ ਸਾਡੇ ਕੋਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਤਨ ਪ੍ਰਦੇਸ਼ ਜੀ ਦੇ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਰਬਜੀਤ ਉੱਪਲ ਕਲਗੀ ਜੀ ਤੋਂ ਬੋਲ ਰਹੀ ਹਾਂ। ਤੁਹਾਡੇ ਸਾਹਮਣੇ ਕੁਛ ਥੋੜ੍ਹੇ ਟੱਪੇ ਪੇਸ਼ ਕਰਾਂਗੀ, ਮੇਰੀ ਤੁਹਾਨੂੰ ਪਸੰਦ ਆਉਣਗੇ। ਓਏ ਸਾਡੀ ਅਜਬ ਕਹਾਣੀ, ਓਏ ਸਾਡੀ ਅਜਬ ਕਹਾਣੀ, ਭੁੱਲ ਕੇ ਪੁਰਾਣੇ ਦੁੱਖੜੇ ਨਵੀਂ ਦੁਨੀਆ ਵਸਾਉਣੀ ਏ, ਨਵੀਂ ਦੁਨੀਆ ਵਸਾਉਣੀ ਏ, ਕੜਾ ਪਰਨੀਆਂ ਪਾਣੀ ਦਾ, ਹਾਏ ਕੜਾ ਪਰਨੀਆਂ ਪਾਣੀ ਦਾ, ਪਿੰਡ ਵੱਲ ਮੂੰਹ ਕਰਕੇ ਰਾ ਤੱਕਨੀਆਂ ਹਾਣੀ ਦਾ, ਰਾ ਤੱਕਨੀਆਂ ਹਾਣੀ ਦਾ, ਓਏ ਸਾਡੀ ਅਜਬ ਕਹਾਣੀ ਏ। ਓਏ ਤੈਨੂੰ ਤੱਕ ਤੱਕ ਲੁਕਨੀਆਂ, ਤੈਨੂੰ ਤੱਕ ਤੱਕ ਲੁਕਨੀਆਂ, ਮੇਲੋਏ ਲੋਏ ਜਾਣ ਵਾਲਿਆ ਪਿੱਛੇ ਟੁਰ ਟੁਰ ਰੁਕਨੀਆਂ, ਪਿੱਛੇ ਟੁਰ ਟੁਰ ਰੁਕਨੀਆਂ। ਓਏ ਰੁੱਖ ਸਾਵੇ ਸਾਵੇ ਨਹਿਰਾਂ ਦੇ, ਓਏ ਰੁੱਖ ਸਾਵੇ ਸਾਵੇ ਨਹਿਰਾਂ ਦੇ, ਓਏ ਹੁਣ ਦਿਲਾ ਤੇਰੀ ਮਰਜ਼ੀ, ਜਿੱਥੇ ਆਖ ਦੇਗਾ ਠਹਿਰਾਂਗੇ, ਜਿੱਥੇ ਆਖ ਦੇਗਾ ਠਹਿਰਾਂਗੇ। ਓਏ ਸਾਡੀ ਅਜਬ ਕਹਾਣੀ ਏ, ਬੜਾ ਅੱਖੀਆਂ ਨੂੰ ਡੱਕੇ ਆਏ, ਬੜਾ ਅੱਖੀਆਂ ਨੂੰ ਡੱਕੇ ਆਏ, ਦਿਲ ਨੂੰ ਪਿਆਰਾ ਲਗਾਏ, ਤਾਈਓ ਮੁੜ ਮੁੜ ਤੱਕੇ ਆਏ, ਤਾਈਓ ਮੁੜ ਮੁੜ ਤੱਕੇ ਆਏ। ਜੀ ਕਰਦਾ ਬੁਲਾਲਾ ਮੈਂ, ਜੀ ਕਰਦਾ ਬੁਲਾਲਾ ਮੈਂ, ਓਏ ਬੁਰਾ ਜੇ ਮਲਾਵੇਂ ਗੱਲ ਦਾ ਚੂੰਡੀ ਵੱਢ ਕੇ ਹਸਾਲਾ ਮੈਂ, ਚੂੰਡੀ ਵੱਢ ਕੇ ਹਸਾਲਾ ਮੈਂ, ਉਹਨੇ ਚੋਰੀ ਅੱਖੀ ਤੱਕੇ ਆਏ, ਉਹਨੇ ਚੋਰੀ ਅੱਖੀ ਤੱਕੇ ਆਏ, ਹੋਰ ਯਾਰ ਆਦਤ ਸੀ ਅਸੀਂ ਦਿਲ ਵਿੱਚ ਰੱਖੇ ਆਏ, ਅਸੀਂ ਦਿਲ ਵਿੱਚ ਰੱਖੇ ਆਏ, ਉਹ ਕੜਾ ਪਰਨੀਆਂ ਪਾਣੀ ਦਾ, ਕੜਾ ਪਰਨੀਆਂ ਪਾਣੀ ਦਾ, ਪਿੰਡ ਵੱਲ ਮੂੰਹ ਕਰਕੇ ਰਾ ਤੱਕਨੀਆਂ ਹਾਣੀ ਦਾ, ਰਾ ਤੱਕਨੀਆਂ ਹਾਣੀ ਦਾ, ਓਏ ਸਾਡੀ ਅਜਬ ਕਹਾਣੀ ਏ, ਓਏ ਸਾਡੀ ਅਜਬ ਕਹਾਣੀ ਏ। ਵਾਹ ਜੀ ਵਾਹ, ਬਹੁਤ ਸੋਹਣੀ ਆਵਾਜ਼ ਸਰਬਜੀਤ ਉੱਪਲ ਜੀ ਤੇ, ਬਹੁਤ ਵਧੀਆ ਲੱਗਿਆ। ਅੱਜ ਫੇਰ ਇੱਕ ਸੋਹਣਾ ਜਿਹਾ ਰੰਗ ਤੁਹਾਡੀ ਆਵਾਜ਼ ਵਿੱਚ ਸੁਣ ਕੇ ਬਹੁਤ ਬਹੁਤ ਸ਼ੁਕਰੀਆ ਜੀ। ਤੇ ਲੋ ਇਸ ਵੇਲੇ ਸਤਪਾਲ ਕਿੰਗਰਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਆਓ ਵੇਖੀਏ ਸਤਪਾਲ ਕਿੰਗਰਾ ਜੀ ਆਪਣੇ ਨਾਲ ਕਿਹੜਾ ਖਾਸ ਰੰਗ ਲੈ ਕੇ ਆਏ ਨੇ, ਜਿਹੜਾ ਸਾਡੇ ਇਸ ਵਿਡੇ ਦੇ ਵਿੱਚ ਅੱਜ ਰੌਣਕਾਂ ਲਾਉਣ ਦੇ ਲਈ ਤਿਆਰ ਆ। ਆਓ ਚੱਲਦੇ ਆ ਸਤਪਾਲ ਜੀ ਹੋਰਾਂ ਵੱਲ। ਸੋ ਸਤਪਾਲ ਕਿੰਗਰਾ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਭੈਣ ਗਗਨਦੀਪ ਜੀ। ਜੀ ਸਤਿ ਸ੍ਰੀ ਅਕਾਲ, ਸਵਾਗਤ ਪ੍ਰੋਗਰਾਮ ਚ। ਅੱਜ ਕੀ ਸੁਣਾਓਗੇ? ਸਭ ਤੋਂ ਪਹਿਲਾਂ ਆਇਆ ਵੀ ਗਲਾ ਖਰਾਬ ਹੋਣ ਦੇ ਕਾਰਨ ਆਪਣੀ ਤੇ ਗੱਲਬਾਤ ਹੀ ਨਹੀਂ ਹੋਈ, ਤੇ ਤੁਹਾਨੂੰ ਤਾਂ ਗਲੇ ਨੇ ਘੇਰਾ ਪਾ ਲਿਆ ਲੱਗਦਾ। ਪੁੱਛੋ ਨਾ ਸਤਪਾਲ ਜੀ, ਸੋ ਇਸ ਵੇਲੇ ਪਤਾ ਲੱਗਦਾ ਵੀ ਗਲੇ ਨੇ ਘੇਰਾ ਮੈਨੂੰ ਹੀ ਨਹੀਂ ਪੂਰੇ ਪਰਿਵਾਰ ਨੂੰ ਹੀ ਪਾਇਆ।
ਇਹ ਤਾਂ ਐਵੇਂ ਹੈ ਨਾ ਜਿਵੇਂ ਕਹਿੰਦੇ ਜੇ ਗਲਾ ਹੈ ਤਾਂ ਸੁਰ ਠੀਕ ਹੈ, ਜੇ ਸੁਰ ਹੈ ਤਾਂ ਜੇ ਸੁਰ ਹੈ ਤਾਂ ਬੋਲਾਂ ਦਾ ਸ਼ਿੰਗਾਰ ਹੈ, ਜੇ ਸ਼ਿੰਗਾਰ ਹੈ ਤਾਂ ਸੁਹੱਪਣ ਹੈ। ਜੀ ਬਿਲਕੁਲ ਮੈਂ ਆਪਣੀ ਪੰਜਾਬੀ ਭਾਸ਼ਾ ਦਾ ਦਿਵਸ ਲੰਘ ਕੇ ਗਿਆ, ਕੱਲ ਉਹਦੇ ਤੇ ਨਾ ਮੈਨੂੰ ਲੈਣਾ ਲੈ ਕੇ ਭੇਜੀਆਂ ਸੀ ਭਲੂਰ ਗਿਆ ਜੀ ਨੇ, ਜੀ ਜਸਵੀਰ ਭਲੂਰ ਗਿਆ ਜੀ ਨੇ ਕਨੇਡਾ ਤੋਂ ਹਾਂ ਭੇਜੀਆਂ ਜੀ ਤੇ ਮੈਂ ਉਹ ਤੁਹਾਨੂੰ ਸੁਣਾਉਣ ਲੱਗਾ ਜੀ। ਜ਼ਰੂਰ ਆ ਜਾਓ। ਤੇ ਉਹ ਕੀ ਲਿਖਦੇ ਨੇ, ਕਹਿੰਦਾ ਸਮਝੋ ਆਪਣੇ ਆਪ ਨੂੰ, ਸਮਝੋ ਆਪੇ ਆਪਣੇ ਆਪ ਨੂੰ ਜੀਨੇ ਮਾਰ ਦਿੱਤਾ, ਮਾਂ ਬੋਲੀ ਨੂੰ ਜਿਸਨੇ ਦਿਲੋਂ ਵਸਾਰ ਦਿੱਤਾ, ਜਿਸ ਬੋਲੀ ਵਿੱਚ ਮਾਂ ਤੋਂ ਸੁਣੀਆਂ ਲੋਰੀਆਂ ਨੇ, ਪੀੜੀ ਦਰ ਪੀੜੀ ਜੋ ਮਾਵਾਂ ਅੱਗੇ ਤੋਰੀਆਂ ਨੇ, ਭੈਣਾਂ ਦੀਆਂ ਘੋੜੀਆਂ ਨੇ ਹੈ ਸ਼ਿੰਗਾਰ ਦਿੱਤਾ, ਜਿਸ ਬੋਲੀ ਨੂੰ ਜਿਸਨੇ ਦਿਲੋਂ ਵਸਾਰ ਦਿੱਤਾ, ਮਾਂ ਬੋਲੀ ਨੂੰ ਜਿਸਨੇ ਦਿਲੋਂ ਵਸਾਰ ਦਿੱਤਾ, ਮਾਂ ਸ਼ਬਦ ਤੋਂ ਸ਼ੁਰੂ ਕਰ ਜਗ ਨਾਲ ਸਾਂਝ ਪਵਾਈਏ, ਦਿਲ ਦੇ ਭਾਵ ਪ੍ਰਗਟਾਉਣ ਦੀ ਸੂਜੀ ਵੀ ਸਿਖਾਈਏ, ਉਹ ਦਿਲ ਦੇ ਭਾਵ ਪ੍ਰਗਟਾਉਣ ਦੀ ਸੂਝ ਵੀ ਸਿਖਾਈਏ, ਉਸੇ ਮਾਂ ਨੂੰ ਮੌਤ ਦੇ ਘਾਰਿਓ, ਉਸੇ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਮਾਂ ਬੋਲੀ ਨੂੰ ਜਿਸਨੇ ਦਿਲੋਂ ਵਸਾਰ ਦਿੱਤਾ, ਸਭ ਰਿਸ਼ਤਿਆਂ ਦੇ ਵਿੱਚੋਂ ਮਾਂ ਦਾ ਉੱਤਮ ਦਰਜਾ ਏ, ਹਰ ਇਨਸਾਨ ਦੇ ਉੱਪਰ ਹੀ ਤਿੰਨ ਮਾਵਾਂ ਦਾ ਕਰਜ਼ਾ ਏ, ਸ਼ਲੱਗ ਪੁੱਤ ਉਹ ਮਾਂ ਦਾ ਜੀ ਨੇ ਕਰਜ਼ ਉਤਾਰ ਦਿੱਤਾ, ਮਾਂ ਬੋਲੀ ਨੂੰ ਜਿਸਨੇ ਦਿਲੋਂ ਵਸਾਰ ਦਿੱਤਾ, ਮਾਂ ਬੋਲੀ ਦਾ ਮਾਣ ਵਧਾਇਆ ਗੁਰੂਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਜਾਇਆ ਗੁਰੂਆਂ ਨੇ, ਗੁਰੂ ਦਾ ਦਰਜਾ ਦੇ ਕੇ ਸ਼ਬਦ ਨੂੰ ਸਤਿਕਾਰ ਦਿੱਤਾ, ਮਾਂ ਬੋਲੀ ਨੂੰ ਜਿਸਨੇ ਮਨੋ ਵਸਾਰ ਦਿੱਤਾ, ਮਾਂ ਬੋਲੀ ਨੂੰ ਜਿਸਨੇ ਮਨੋ ਵਸਾਰ ਦਿੱਤਾ, ਭਲੂਰੀਆ ਆਪਾਂ ਆਪਣਾ ਫਰਜ਼ ਨਿਭਾ ਦਈਏ, ਜਿੰਨਾ ਪੈਂਦਾ ਤਿਲ ਫੁੱਲ ਹਿੱਸਾ ਪਾ ਦਈਏ, ਉਹ ਜਿੰਨਾ ਪੈਂਦਾ ਤਿਲ ਫੁੱਲ ਹਿੱਸਾ ਪਾ ਦਈਏ, ਸਾਡੀ ਮਾਂ ਵਿਰਾਸਤ ਵਿੱਚ ਸ਼ਬਦਾਂ ਦਾ ਭੰਡਾਰ ਦਿੱਤਾ, ਮਾਂ ਬੋਲੀ ਨੂੰ ਜਿਸਨੇ ਦਿਲੋਂ ਵਸਾਰ ਦਿੱਤਾ, ਮਾਂ ਬੋਲੀ ਨੂੰ ਜਿਸਨੇ ਦਿਲੋਂ ਵਸਾਰ ਦਿੱਤਾ। ਵਾਹ ਜੀ ਵਾਹ, ਬਹੁਤ ਖੂਬ ਸਤਪਾਲ ਜੀ। ਮਾਂ ਬੋਲੀ ਨੂੰ ਜਿਸਨੇ ਦਿਲੋਂ ਵਿਸਾਰ ਦਿੱਤਾ, ਸੋ ਕਿਆ ਬਾਤ ਹੈ, ਬਹੁਤ ਸੋਹਣੀ ਤੁਹਾਡੀ ਆਵਾਜ਼, ਬਹੁਤ ਸੋਹਣੇ ਅੰਦਾਜ਼ 'ਚ ਅਤੇ ਬਾ ਕਮਾਲ ਲਿਖੇ ਹੋਏ ਅਲਫਾਜ਼ਾਂ ਨੂੰ ਤੁਸੀਂ ਇਸ ਮੰਚ 'ਤੇ ਸਾਂਝਾ ਕੀਤਾ, ਸੋ ਬਹੁਤ ਵਧੀਆ ਲੱਗਿਆ। ਜਸਵੀਰ ਭਲੂਰੀਆ ਜੀ ਨੇ ਵੀ ਆਪਣੀ ਕਲਮ ਦੇ ਨਾਲ ਬਹੁਤ ਸੋਹਣੀ ਸ਼ਬਦਿਕ ਜਿਹੜੀ ਇੱਕ ਸੰਰਚਨਾ ਬਣਾਈ ਹੈ, ਸੋ ਵਾਕਈ ਜੀ ਦਿਲ ਨੂੰ ਹਲੂੰਦੀ ਹੈ ਅਤੇ ਉਨੀ ਪਿਆਰੀ ਆਵਾਜ਼ ਤੁਹਾਡੀ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਨਾਲ ਜਿਹੜੇ ਤੁਸੀਂ ਇਸ ਮੰਚ 'ਤੇ ਆਏ, ਸਾਡੇ ਸਾਰਿਆਂ ਦੇ ਨਾਲ ਸਾਂਝ ਬਣਾਈ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਇਹ ਸਨ ਸਤਪਾਲ ਕਿੰਗਰਾ ਜੀ, ਜਸਵੀਰ ਭਲੂਰੀਆ ਜੀ ਦੀ ਲਿਖੀ ਹੋਈ ਰਚਨਾ, ਜੋ ਬਹੁਤ ਹੀ ਸੋਹਣੇ ਅੰਦਾਜ਼ 'ਚ ਬਾਕਮਾਲ ਤਰੀਕੇ ਦੇ ਵਿੱਚ ਇਸ ਮੰਚ 'ਤੇ ਸਾਂਝੀ ਕਰਕੇ ਗਏ। ਇਸ ਵੇਲੇ ਬਚਿੱਤਰ ਸਿੰਘ ਜੀ ਜਿਹੜੇ ਆ ਸਾਡੇ ਨਾਲ ਜੁੜ ਚੁੱਕੇ ਨੇ ਅਮੈਰੀਕਾ ਤੋਂ, ਸੁਰਜੀਤ ਜੀ ਬਹਿਰੀਨ ਤੋਂ ਪਿੱਛੇ ਪਿੱਛੇ ਆ ਰਹੇ ਨੇ, ਬਖਸ਼ੀ ਰਾਮ ਜੀ ਜਿਹੜੇ ਆ ਉਹਨਾਂ ਦੀਆਂ ਮੇਰੇ ਕੋਲ ਬਹੁਤ ਸਾਰੀਆਂ ਕਾਲਜ਼ ਆ ਚੁੱਕੀਆਂ ਨੇ, ਗੁਰਦੀਸ਼ ਕੌਰ ਜੀ ਹੋਰਾਂ ਦੀਆਂ ਵੀ ਕਾਲਜ਼, ਹਰਮਨ ਜੀ, ਸਿਕੰਦਰ ਸਿੰਘ ਔਜਲਾ ਜੀ ਹੋਰਾਂ ਦੀਆਂ, ਸੁਖਵਿੰਦਰ ਜੀ ਜਿਹੜੇ ਹੈਗੇ ਆ ਉਹਨਾਂ ਦੀਆਂ ਕਾਲਜ਼, ਅਤੇ ਸੁਖਵਿੰਦਰ ਜੀ ਜਿਹੜੇ ਆ ਇਸ ਵੇਲੇ ਨਿਊਜ਼ੀਲੈਂਡ ਪਹੁੰਚੇ ਉਹਨਾਂ ਦੀਆਂ ਕਾਲਜ਼, ਸੋ ਸਾਰਿਆਂ ਦੇ ਨਾਲ ਸਾਂਝ ਬਣਾਵਾਂਗੇ। ਮੇਰੀ ਕੋਸ਼ਿਸ਼ ਹੈ ਕਿ ਤੁਹਾਨੂੰ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਸਮਾਂ ਜ਼ਰੂਰ ਦਈਏ, ਸਭ ਨਾਲ ਸਾਂਝ ਬਣਾਈਏ, ਪਰ ਫਿਲਹਾਲ ਬਚਿੱਤਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਆਓ ਬਚਿੱਤਰ ਜੀ ਹੋਰਾਂ ਵੱਲ ਚੱਲਦੇ ਹਾਂ। ਸੋ ਬਚਿੱਤਰ ਸਿੰਘ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਧੰਨਵਾਦ ਗਗਨ, ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਬਹੁਤ ਤੁਹਾਡਾ ਸਿਹਤ ਦਾ ਹੀ ਫਿਕਰ ਸੀ ਵੀ ਕੀ ਸਿਹਤ ਠੀਕ ਹੋਵੇ, ਪਰ ਹੁਣ ਅੱਜ ਪਤਾ ਲੱਗ ਗਿਆ ਵੀ ਸਿਹਤ ਹੀ ਤੁਹਾਡੀ ਮਤਲਬ ਇਹ ਹੁੰਦਾ। ਗਗਨ ਮੈਂ ਤੁਹਾਨੂੰ ਦੱਸਦਾ ਬਈ ਇਹ ਕਹਿੰਦਾ ਜਿਹੜੀ ਜਾਂਦੀ ਠੰਡ ਹੁੰਦੀ ਆ ਨਾ ਜੀ,
ਇਹ ਸਾਡੇ ਹੈਡਮਾਸਟਰ ਸਾਹਿਬ ਕਹਿੰਦੇ ਹੁੰਦੇ ਸੀ, ਉਹ ਕਹਿੰਦੇ ਸੀ ਵੀ ਇਹ ਲਾਸਟ ਕਿੱਕ ਆਫ ਦਾ ਡਾਈਇੰਗ ਹਾਰਸ ਹੁੰਦੀ ਆ, ਜਾਨੀ ਮਰਦ ਇਹ ਘੋੜੇ ਦੀ ਆਖਰੀ ਦਲੱਤੀ ਕਹਿੰਦੇ ਹੁੰਦੇ ਸੀ ਉਹਨੂੰ। ਬਿਲਕੁਲ ਜੀ, ਤੇ ਉਹ ਜਿਹੜੀ ਆਪਾਂ ਨੂੰ ਪੈ ਗਈ ਆ, ਇਹ ਦਲੱਤੀ ਜਿਹਦੇ ਵੱਜ ਜਾਂਦੀ ਆ ਨਾ, ਉਹਨੂੰ ਫਿਰ ਰਗੜ ਦਿੰਦੀ ਆ। ਹਾਂਜੀ ਸਹੀ ਗੱਲ, ਪਰਮਾਤਮਾ ਅੱਜ ਤੁਹਾਡੀ ਆਵਾਜ਼ ਕਈਆਂ ਦਿਨਾਂ ਬਾਅਦ ਸੁਣੀ ਆ ਤੇ ਬਹੁਤ ਸੁਨਸਾਨ ਹੀ ਪਈ ਸੀ ਸਾਰੇ ਪਾਸੇ, ਬਹੁਤ ਸੋਹਣਾ ਲੱਗਿਆ ਤੇ ਪਰਮਾਤਮਾ ਸਾਨੂੰ ਤੰਦਰੁਸਤੀ ਦੇਵੇ ਸਾਰੇ ਪਰਿਵਾਰ ਨੂੰ। ਜੀ ਜੀ, ਗਜ਼ਲ ਗਜ਼ਲ ਸੁਣਾਉਣ ਲੱਗਿਆ ਆਪਣੇ ਉਲਫਤ ਬਾਜਵਾ ਸਾਹਿਬ ਦੀ ਆ, ਉਹ ਇਸ ਤਰ੍ਹਾਂ ਬਈ ਚਾਲ ਸਮੇਂ ਦੀ ਕਹਿੰਦੀ ਹੈ, ਕੁਝ ਆਪਾਂ ਵੀ ਬਲ ਛਲ ਕਰੀਏ, ਪਰ ਦਿਲ ਕਹਿੰਦਾ ਹੈ ਬੰਦੇ ਕੋਈ ਬੰਦਿਆਂ ਵਾਲੀ ਗੱਲ ਕਰੀਏ। ਚਾਲ ਸਮੇਂ ਦੀ ਕਹਿੰਦੀ ਹੈ ਕੋਈ ਆਪਾਂ ਵੀ ਬਲ ਛਲ ਕਰੀਏ, ਪਰ ਦਿਲ ਕਹਿੰਦਾ ਹੈ ਬੰਦੇ ਕੋਈ ਬੰਦਿਆਂ ਵਾਲੀ ਗੱਲ ਕਰੀਏ। ਤੇ ਜੇ ਸੱਚ ਕਹੀਏ ਤਾਂ ਫਾਂਸੀ ਹੈ, ਤੇ ਜੇ ਨਾ ਕਹੀਏ ਤਾਂ ਲਾਣਤ ਹੈ। ਕੀ ਬਾਤ ਹੈ, ਜੇ ਗੱਲ ਕਰੀਏ ਤਾਂ ਗਾਲ ਲੈਂਦਾ, ਤੇ ਜੇ ਨਾ ਕਰੀਏ ਤਾਂ ਕੀ ਗੱਲ ਕਰੀਏ। ਤੇ ਅਗਲਾ ਸ਼ੇਰ ਆ ਗਗਨ, ਬਈ ਆਤਿਸ਼ ਵਿੱਚ ਲੋਹਾ ਦਗਦਾ ਹੈ, ਆਤਿਸ਼ ਅੱਗ ਹੁੰਦੀ ਆ, ਬਿਲਕੁਲ ਆਤਿਸ਼ ਵਿੱਚ ਲੋਹਾ ਦਗਦਾ ਹੈ ਅਤੇ ਮਰਦ ਚਮਕਦਾ ਮੁਸ਼ਕਲ ਵਿੱਚ। ਮਸਲਾ ਵੀ ਮਸਲਾ ਨਹੀਂ ਰਹਿੰਦਾ ਜੇ ਮਰਦਾਂ ਵਾਂਗੂ ਹੱਲ ਕਰੀਏ। ਕੀ ਬਾਤ ਹੈ, ਮਸਲਾ ਵੀ ਮਸਲਾ ਨਹੀਂ ਰਹਿੰਦਾ ਜੇ ਮਰਦਾਂ ਵਾਂਗੂ ਹੱਲ ਕਰੀਏ। ਤੇ ਕੁਝ ਲੋਕ ਥਲਾਂ ਵਿੱਚ ਸੜਦੇ ਨੇ, ਕੁਝ ਝੀਲੀ ਸੈਰਾਂ ਕਰਦੇ ਨੇ, ਕੁਝ ਲੋਕ ਥਲਾਂ ਵਿੱਚ ਸੜਦੇ ਨੇ, ਕੁਝ ਝੀਲੀ ਸੈਰਾਂ ਕਰਦੇ ਨੇ, ਚੱਲ ਉੱਠ ਕੋਈ ਹੱਲ ਚੱਲ ਕਰੀਏ, ਜਲ ਥਲ ਕਰੀਏ ਥਲ ਜਲ ਕਰੀਏ। ਕੀ ਬਾਤ ਹੈ, ਤੇ ਮੁਸ਼ਕਲ ਨੂੰ ਮੁਸ਼ਕਲ ਜੇ ਸਮਝੋ ਤਾਂ ਜਿਉਣਾ ਮੁਸ਼ਕਲ ਹੋ ਜਾਂਦਾ। ਮੁਸ਼ਕਲ ਦਾ ਹੈ ਹੱਲ ਇੱਕੋ, ਆਪਾਂ ਮੁਸ਼ਕਲ ਦੀ ਨਾ ਗੱਲ ਕਰੀਏ। ਤੇ ਇੱਕ ਪਾਸੇ ਅਗਲਾ ਸ਼ੇਰ ਹੈ ਜੀ, ਇੱਕ ਪਾਸੇ ਪਿਆਰ ਗਰੀਬਾਂ ਦਾ, ਇੱਕ ਪਾਸੇ ਐਸ਼ ਅਮੀਰਾਂ ਦੀ। ਇੱਕ ਪਾਸੇ ਪਿਆਰ ਗਰੀਬਾਂ ਦਾ, ਇੱਕ ਪਾਸੇ ਐਸ਼ ਅਮੀਰਾਂ ਦੀ। ਹੁਣ ਸੋਚ ਰਹੇ ਹਾਂ ਦਿਲ ਆਪਣਾ ਕਿਸ ਹੱਥ ਦੇਈਏ ਕਿਸ ਵੱਲ ਕਰੀਏ। ਕੀ ਬਾਤ ਹੈ, ਹੁਣ ਸੋਚ ਰਹੇ ਹਾਂ ਦਿਲ ਆਪਣਾ ਕਿਸ ਹੱਥ ਦੇਈਏ ਕਿਸ ਵੱਲ ਕਰੀਏ। ਤੇ ਆਖਰੀ ਸ਼ੇਰ ਹੈ, ਤੂੰ ਹੱਸ ਕੇ ਸਭ ਨੂੰ ਮਿਲ ਉਲਫਤ, ਰੋ ਰੋ ਕੇ ਦੁਨੀਆਂ ਯਾਦ ਕਰੇ। ਤੂੰ ਹੱਸ ਕੇ ਸਭ ਨੂੰ ਮਿਲ ਉਲਫਤ, ਰੋ ਰੋ ਕੇ ਦੁਨੀਆਂ ਯਾਦ ਕਰੇ, ਜੋ ਕੰਮ ਚੰਗਾ ਉਹ ਕੰਮ ਕਰੀਏ, ਤੇ ਜੋ ਗੱਲ ਚੰਗੀ ਉਹ ਗੱਲ ਕਰੀਏ। ਵਾਹ ਕੀ ਬਾਤ ਹੈ, ਬਿਲਕੁਲ, ਬਹੁਤ ਧੰਨਵਾਦ ਵਾਕਈ ਬਚਿੱਤਰ ਸਿੰਘ ਜੀ, ਬਹੁਤ ਸੋਹਣੀ ਰਚਨਾ। ਸੋ ਵਾਕਈ ਬਹੁਤ ਸਾਰੀਆਂ ਗੱਲਾਂ ਨੇ ਸਾਨੂੰ ਅਲਫਾਜ਼ਾਂ ਤੋਂ, ਲਫਜ਼ਾਂ ਤੋਂ, ਸ਼ਬਦਾਂ ਤੋਂ ਸਿੱਖਣ ਨੂੰ ਮਿਲਦੀਆਂ ਨੇ। ਬਹੁਤ ਡੂੰਘੀਆਂ ਸੋਚਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਜ਼ਿਹਨ ਤੱਕ ਮਾਰ ਕਰਦੀਆਂ ਨੇ, ਪਰ ਉਦੋਂ ਜਦੋਂ ਅਸੀਂ ਅਲਫਾਜ਼ਾਂ ਨੂੰ ਸਮਝਦੇ ਹਾਂ। ਸੋ ਬਹੁਤ ਸੋਹਣੀ ਰਚਨਾ, ਬਹੁਤ ਸੋਹਣੇ ਅੰਦਾਜ਼ 'ਚ ਤੁਸੀਂ ਸਾਂਝੀ ਕੀਤੀ, ਬਹੁਤ ਵਧੀਆ ਲੱਗਿਆ, ਅਤੇ ਸਾਡੇ ਬਹੁਤ ਸਾਰੇ ਪਰਿਵਾਰਕ ਮੈਂਬਰ ਨੇ ਜਿਹੜੇ ਪਸੰਦ ਵੀ ਕਰ ਰਹੇ ਨੇ। ਸੋ ਬਹੁਤ ਬਹੁਤ ਸ਼ੁਕਰੀਆ। ਓਕੇ, ਧੰਨਵਾਦ ਗਗਨ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਜਸਵਿੰਦਰ ਜੀ ਵੱਲੋਂ ਸੁਨੇਹਾ ਪਹੁੰਚ ਗਿਆ ਜੀ, ਬਚਿੱਤਰ ਸਿੰਘ ਜੀ ਦੀ ਰਚਨਾ, ਕਹਿੰਦੇ ਵਾਹ ਜੀ ਵਾਹ, ਕਿਆ ਬਾਤ ਹੈ ਪ੍ਰਿੰਸੀਪਲ ਸਾਹਿਬ ਬਚਿੱਤਰ ਸਿੰਘ ਜੀ, ਬਹੁਤ ਸੋਹਣੀ ਰਚਨਾ। ਅਤੇ ਨਾਲ ਹੀ ਦਵਿੰਦਰ ਕੌਰ ਪਿੰਡ ਹਮੜਾ ਵਾਲੇ ਵੀ ਕਹਿ ਰਹੇ ਹੈ ਕਿ ਬਹੁਤ ਖੂਬ ਰਚਨਾ ਜਿਹੜੀ ਹੈ ਸੁਣਾਈ ਹੈ।
ਬਚਿੱਤਰ ਸਿੰਘ ਜੀ ਹੋਰਾਂ ਨੇ ਸੁਖਵਿੰਦਰ ਜੀ ਵੀ ਪਸੰਦ ਕਰ ਰਹੇ ਨੇ ਸੋ ਸ਼ੁਕਰੀਆ ਤੇ ਨਾਲ ਹੀ ਮੇਰੇ ਕੋਲ ਬਹੁਤ ਸਾਰੇ ਸੁਨੇਹੇ ਜਿਹੜੇ ਆ ਪਹੁੰਚ ਰਹੇ ਨੇ ਤੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਆਡੀਓ ਮੈਸੇਜ ਜਿਹੜਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਤੇ ਇਹ ਆਡੀਓ ਮੈਸੇਜ ਜਿਹੜਾ ਸਾਡੇ ਕੋਲ ਪਹੁੰਚਿਆ ਜੀ ਬਲਵੰਤ ਜੀ ਸਿਰੀਏ ਵਾਲਾ ਵੱਲੋਂ ਸੋ ਇਹਨਾਂ ਦਾ ਜਨੀ ਦੇ ਉਲਾਂਭਾ ਸਾਡੇ ਸਿਰ ਰਹਿ ਜਾਣਾ ਜੇ ਆਡੀਓ ਤੁਹਾਡੇ ਤੱਕ ਨਾ ਪਹੁੰਚੀ ਲਓ ਫਿਰ ਇਸ ਆਡੀਓ ਨੂੰ ਸੁਣਨ ਤੋਂ ਬਾਅਦ ਅਗਲੀ ਕਾਲ ਕਰਾਂਗੇ ਤੁਹਾਡੇ ਰੂਬਰੂ ਰੇਡੀਓ ਚੰਨ ਪ੍ਰਦੇਸੀ ਦੇ ਸਮੂਹ ਸਟਾਪ ਅਤੇ ਤਮਾਮ ਸਰੋਤਿਆਂ ਨੂੰ ਬਲਵੰਤ ਸਿੰਘ ਐਫ ਐਮ ਵਾਲਾ ਵੱਲੋਂ ਫੁੱਲਾਂ 'ਤੇ ਪਈ ਤਰੇਲ ਜਿਹੀ ਮੋਹ ਭਿੱਜੀ ਸਤਿ ਸ੍ਰੀ ਅਕਾਲ ਜੀ ਅਤੇ ਰੌਣਕ ਵਿਹੜੇ ਦੀ ਪ੍ਰੋਗਰਾਮ ਪੇਸ਼ ਕਰ ਰਹੇ ਮੈਡਮ ਗਗਨਦੀਪ ਕੌਰ ਜੀ ਨੂੰ ਉਚੇਚੇ ਤੌਰ 'ਤੇ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਪੇਸ਼ ਹੈ ਕਹਾਣੀ ਦਿਲਾਂ ਦੇ ਦਰਵਾਜ਼ੇ ਇੱਕ ਆਰਟਿਸਟ ਕੋਲ ਦਿਲ ਦਾ ਮਾਡਲ ਬਣਾਉਣ ਵਾਸਤੇ ਆਰਡਰ ਆਏ ਉਸਨੇ ਬਹੁਤ ਹੀ ਤਨ ਮਨ ਦੇ ਨਾਲ ਉਹ ਆਰਡਰ ਨਿਰਧਾਰਿਤ ਸਮੇਂ 'ਤੇ ਤਿਆਰ ਕਰ ਦਿੱਤਾ ਜਦ ਉਹ ਆਰਡਰ ਲੈਣ ਆਏ ਤਾਂ ਉਹ ਆਰਡਰ ਕੀ ਸੀ ਕਿ ਬਹੁਤ ਹੀ ਖੂਬਸੂਰਤ ਅਤੇ ਅਦਭੁਤ ਸੀ ਅਤੇ ਖਿੱਚ ਦਾ ਕੇਂਦਰ ਸੀ ਜਦ ਉਸਨੂੰ ਖੋਲ੍ਹ ਕੇ ਦੇਖਣ ਲੱਗੇ ਤਾਂ ਉਹਦਾ ਜਿਹੜਾ ਦਰਵਾਜ਼ਾ ਸੀ ਉਸਨੂੰ ਹੈਂਡਲ ਨਹੀਂ ਲਾਇਆ ਸੀ ਉਹਨਾਂ ਨੇ ਪੁੱਛਿਆ ਬਾਈ ਜੀ ਤੁਸੀਂ ਸਾਡੇ ਕਹਿਣ ਦੇ ਮੁਤਾਬਕ ਬਹੁਤ ਹੀ ਵਧੀਆ ਮਾਡਲ ਤਿਆਰ ਕੀਤਾ ਹੈ ਅਤੇ ਸਾਨੂੰ ਬਹੁਤ ਹੀ ਪਸੰਦ ਹੈ ਪਰ ਇਸ ਨੂੰ ਖੋਲ੍ਹਣ ਦੇ ਲਈ ਹੈਂਡਲ ਕਿਉਂ ਨਹੀਂ ਲਾਇਆ ਤਾਂ ਅੱਗੋਂ ਬਹੁਤ ਹੀ ਨਿਮਰਤਾ ਭਰਿਆ ਜਵਾਬ ਸੀ ਜਨਾਬ ਦਿਲਾਂ ਦੇ ਦਰਵਾਜ਼ਿਆਂ ਨੂੰ ਖੋਲ੍ਹਣ ਦੇ ਲਈ ਹੈਂਡਲ ਦੀ ਜ਼ਰੂਰਤ ਨਹੀਂ ਹੁੰਦੀ ਇਹ ਤਾਂ ਜਦੋਂ ਪਰਮਾਤਮਾ ਦੀ ਮਿਹਰਬਾਨੀ ਹੋ ਜੇ ਆਟੋਮੈਟਿਕ ਆਪਣੇ ਆਪ ਅੰਦਰੋਂ ਹੀ ਖੁੱਲ੍ਹਦੇ ਨੇ ਇਸ 'ਤੇ ਉਹ ਬਹੁਤ ਖੁਸ਼ ਹੋਏ ਇਸ ਤੋਂ ਸਿੱਖਿਆ ਮਿਲਦੀ ਹੈ ਕਿ ਅਸੀਂ ਕਿੰਨਾ ਵੀ ਚਾਹੀਏ ਕਿਵੇਂ ਵੀ ਚਾਹੀਏ ਜਦੋਂ ਕੋਈ ਵੀ ਕੰਮ ਪਰਮਾਤਮਾ ਦੀ ਮਨਜ਼ੂਰੀ ਹੋਵੇ ਉਦੋਂ ਹੀ ਨੇਪਰੇ ਚੜ੍ਹਦਾ ਹੈ ਸਾਡਾ ਕੰਮ ਸਿਰਫ ਅਤੇ ਸਿਰਫ ਮਿਹਨਤ ਕਰਨਾ ਹੁੰਦਾ ਹੈ ਜਿਵੇਂ ਕਿ ਫਲ ਬੂਟਾ ਲਾ ਕੇ ਉਹਦੀ ਸੇਵਾ ਕਰਨਾ ਹੁੰਦਾ ਫਲ ਦੀ ਡੀਕ ਨਾ ਕੀਤੀ ਜਾਵੇ ਫਲ ਸਾਨੂੰ ਜਦੋਂ ਹੋਵੇਗਾ ਸਮਾਂ ਆਉਣ 'ਤੇ ਹੀ ਉਸਦਾ ਫਲ ਪ੍ਰਾਪਤ ਹੋਵੇਗਾ ਧੰਨਵਾਦ ਜੀ ਵਾਹ ਜੀ ਵਾਹ ਬਹੁਤ ਖੂਬ ਤੁਹਾਡੀ ਕਹਾਣੀ ਬਲਵੰਤ ਜੀ ਸੋ ਬਿਲਕੁਲ ਇਹ ਕਹਾਣੀਆਂ ਵੀ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦੀਆਂ ਨੇ ਸੋ ਸਿੱਖਿਆ ਦਾ ਇੱਕ ਭਰਪੂਰ ਜਿਹੜੀ ਕਹਾਣੀ ਤੁਸੀਂ ਸਾਂਝੀ ਕੀਤੀ ਸੋ ਇਸ ਵੇਲੇ ਬਖਸ਼ੀ ਜੀ ਦੁਬਈ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਆਓ ਚੱਲਦੇ ਹਾਂ ਬਖਸ਼ੀ ਹੋਰਾਂ ਜੀ ਵੱਲ ਸੋ ਬਖਸ਼ੀ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ ਸਤਿ ਸ੍ਰੀ ਅਕਾਲ ਗਗਨ ਭੈਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਜੀ ਮਾਸ਼ਾਅੱਲਾ ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਪਿਆ ਤੇ ਮੈਂ ਸ਼ੁਕਰ ਕਰਦਾ ਹਾਂ ਸਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਹੈਗਾ ਤੁਸੀਂ ਆਏ ਆ ਤੇ ਸਿਹਤ ਦਾ ਪਤਾ ਲੱਗਾ ਸੀ ਲੇਕਿਨ ਨਾ ਸਾਜ ਸੀ ਤੇ ਠੀਕ ਹੋ ਜਾਣਾ ਤੁਸੀਂ ਮੈਂ ਵੀ ਪ੍ਰੇਅਰ ਕਰਾਂਗਾ ਜਿਹੜਾ ਹੈਗਾ ਅੱਲਾ ਸੁਣੇ ਅੱਗੇ ਦੁਆ ਕਰਾਂਗਾ ਤੁਹਾਡੀ ਸਿਹਤ ਜਿਹੜੀ ਹੈਗੀ ਆ ਜਲਦੀ ਤੋਂ ਜਲਦੀ ਜਿਹੜੀ ਹੈਗੀ ਆ ਬਿਲਕੁਲ ਤੁਸੀਂ ਤੰਦਰੁਸਤ ਹੋ ਜਾਵੋ ਸਿਹਤ ਯਾਬ ਹੋ ਜਾਵੋ ਤੇ ਮੈਂ ਜ਼ਰੂਰ ਦੁਆ ਕਰਾਂਗਾ ਤੁਹਾਡੇ ਵਾਸਤੇ ਇਨਸ਼ਾਅੱਲਾ ਤੇ ਮੈਂ ਕੁਛ ਵੀ ਤੇਰੇ ਰਾਹ ਵਿੱਚੋਂ ਕੱਚਦੀ ਟੂਟੀ ਚੁਗਦੇ ਰਹੇ ਇਨਾ ਤਲੀਆਂ ਤੀ ਤੇਰੇ ਨਾਮ ਦੇ ਸੂਰਜ ਉਗਦੇ ਰਹੇ ਤੇਰੀ ਰਾਹ ਵਿੱਚੋਂ ਕੱਚ ਦੀ ਟੂਟੀ ਚੁਗਦੇ ਰਹੇ ਇਨਾ ਤਲੀਆਂ ਤੀ ਤੇਰੇ ਨਾਮ ਦੇ ਸੂਰਜ ਉਗਦੇ ਰਹੇ ਕੀ ਤੂੰ ਸੁਪਨਾ ਬਣ ਕੇ ਮਿਲ ਜਾਣੀਏ ਰਾਤਾਂ ਨੂੰ ਤੜਕੇ ਉੱਠ ਕੇ ਤੱਕੀ ਦਿਲ ਚੋਂ ਨਿਕਲੇ ਤਾਂ ਬਣ ਕੇ ਨੀ ਤੂੰ ਵੇਲਾ
ਵਾਂਗੂ ਚੜਗੀ ਰੂ ਦੀਆਂ ਰੁੱਖਾਂ ਤੇ ਕਿ ਅਸੀਂ ਤੇਰੇ ਪੈਰੀ ਉੱਗੇ ਰਹੇ ਕਾ ਬਣ ਕੇ ਮੈਨੂੰ ਭੁੱਲ ਦੀਆਂ ਨਹੀਂ ਉਹ ਗੱਲਾਂ ਜੋ ਤੂੰ ਕਹੀਆਂ ਸੀ ਹਾਲੇ ਕਿੰਨੀਆਂ ਚੀਜ਼ਾਂ ਅੱਧ ਵਿਚਕਾਰੇ ਪਈਆਂ ਸੀ ਮੈਨੂੰ ਭੁੱਲ ਦੀਆਂ ਨਹੀਂ ਉਹ ਗੱਲਾਂ ਜੋ ਤੂੰ ਕਹੀਆਂ ਸੀ ਹਾਲੇ ਕਿੰਨੀਆਂ ਚੀਜ਼ਾਂ ਅੱਧ ਵਿਚਕਾਰੇ ਪਈਆਂ ਸੀ ਮੇਰਿਆਂ ਹੱਥਾਂ ਦੇ ਵਿੱਚ ਖੁਸ਼ਬੂ ਤੇਰਿਆਂ ਹੱਥਾਂ ਦੀ ਅੱਜ ਵੀ ਚਾਰ ਚੁਫੇਰੀ ਉੱਡਦੀ ਰਹਿੰਦੀ ਵਾ ਬਣ ਕੇ ਨੀ ਤੂੰ ਵੇਲਾਂ ਵਾਂਗੂ ਚੜਗੀ ਰੋਦਿਆਂ ਰੁੱਖਾਂ ਤੇ ਅਸੀਂ ਤੇਰੇ ਪੈਰੀ ਉੱਗੇ ਰਹੇ ਕਾ ਬਣ ਕੇ ਮੇਰੇ ਦਿਲ ਚੋਂ ਉੱਠਦੀਆਂ ਹੁਕਾ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਹ ਬਣ ਕੇ ਨੀ ਤੂੰ ਵੇਲਾਂ ਵਾਂਗੂ ਚੜ ਗਈ ਰੋਦਿਆਂ ਰੁੱਖਾਂ ਤੇ ਅਸੀਂ ਤੇਰੇ ਪੈਰੀ ਉੱਗੇ ਰਹੇ ਕਾ ਬਣ ਕੇ ਥੈਂਕ ਯੂ ਵੈਰੀ ਮਚ ਗਗਨ ਜੀ ਸਾਡੇ ਨਾਲ ਜੁੜੇ ਸੀ ਸੋ ਬਹੁਤ ਸੋਹਣਾ ਗੀਤ ਆਪਣੀ ਆਵਾਜ਼ ਚ ਸਾਂਝਾ ਕਰਕੇ ਗਏ ਨੇ ਤੇ ਇਸ ਵੇਲੇ ਪ੍ਰੋਗਰਾਮ ਦੇ ਵਿਚ ਮੇਰੇ ਕੋਲ ਸੁਨੇਹੇ ਵੀ ਬਹੁਤ ਸਾਰੇ ਆ ਰਹੇ ਨੇ ਤੇ ਤੁਹਾਡੀਆਂ ਕਾਲਸ ਵੀ ਸਿਕੰਦਰ ਸਿੰਘ ਔਜਲਾ ਜੀ ਅਮਰੀਕਾ ਤੋਂ ਸਾਡੇ ਨਾਲ ਜੁੜ ਗਏ ਨੇ ਆਓ ਵੇਖੀਏ ਸਿਕੰਦਰ ਜੀ ਸਾਡੇ ਇਸ ਵਿਹੜੇ ਦੇ ਵਿਚ ਰੌਣਕਾਂ ਲਾਉਣ ਦੇ ਵਾਸਤੇ ਆਪਣੇ ਨਾਲ ਕਿਹੜਾ ਖਾਸ ਰੰਗ ਲੈ ਕੇ ਪਹੁੰਚੇ ਨੇ ਸੋ ਸਿਕੰਦਰ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ ਸਤਿ ਸ੍ਰੀ ਅਕਾਲ ਗਗਨ ਜੀ ਤੇ ਸਰਕਾਰ ਸਰੋਤਿਆਂ ਨੂੰ ਚਲੋ ਸਿਹਤ ਤੁਹਾਡੀ ਪਤਾ ਲੱਗ ਰਹੀ ਹੈ ਕੋਈ ਗੱਲ ਨਹੀਂ ਜੀ ਵੈਗੂਏ ਦੁਆ ਕਰਦੇ ਹਾਂ ਸਿਹਤ ਹੀ ਠੀਕ ਹੋਵੋ ਜੀ ਸ਼ੁਕਰੀਆ ਦੇਖੋ ਜੀ ਸਭ ਨੇ ਬਹੁਤ ਵਧੀਆ ਸ਼ਬਦਾਂ ਦਾ ਸੁਣਾਇਆ ਫੇਸਬੁੱਕ ਵੀ ਇੱਕ ਇਹੋ ਜਿਹੀ ਚੀਜ਼ ਹੈ ਕਿ ਜਦ ਜੀ ਸਿਕੰਦਰ ਜੀ ਮੈਨੂੰ ਲੱਗਦਾ ਜੀ ਜੀ ਬਿਲਕੁਲ ਰੀਕਨੈਕਟ ਦਾ ਜਿਹੜਾ ਸਾਈਨ ਆ ਗਿਆ ਸੀ ਮੈਨੂੰ ਲੱਗਦਾ ਥੋੜੀ ਜਿਹੀ ਇੰਟਰਨੈਟ ਦੀ ਦਿੱਕਤ ਹੈ ਨਹੀਂ ਸਾਡੇ ਮੇਰੇ ਤਾਂ ਚਲੋ ਕੋਈ ਨਹੀਂ ਹੋ ਜਾਂਦੀ ਕਈ ਵਾਰੀ ਹਾਂ ਨਹੀਂ ਹੁਣ ਠੀਕ ਆ ਰਹੀ ਹੈ ਫੇਸਬੁੱਕ ਵੀ ਇੱਕ ਇਹੋ ਜਿਹੀ ਚੀਜ਼ ਹੈ ਜੀ ਕਿ ਤੁਹਾਡੇ ਕੁਛ ਯਾਦ ਨਾ ਹੋਵੇ ਉਹ ਮੈਮਰੀ ਦੁਬਾਰਾ ਤੁਹਾਡੇ ਮੂਹਰੇ ਆ ਜਾਂਦੀ ਹੈ ਜੀ ਘੁਮਾ ਕੇ ਲਿਆ ਕੇ ਸੁੱਟ ਦਿੰਦੀ ਹੈ ਬਿਲਕੁਲ ਤੇ ਉਹ ਕਿਸਾਨੀ ਸੰਘਰਸ਼ ਤੇ ਲਿਖਿਆ ਸੀ ਤੇ ਜਦੋਂ ਪੂਰੇ ਜੋਬਨ ਤੇ ਸੀ ਕਿਸਾਨੀ ਸੰਘਰਸ਼ 2021 ਦੇ ਵਿੱਚ ਕਿਤੇ ਉਦੋਂ 10 ਕੁ ਦਿਨ ਹੋਰ ਬੈਠੇ ਰਹਿੰਦੇ ਤੇ ਸਾਨੂੰ ਆਹ ਅੱਜ ਦਿਨ ਨਹੀਂ ਦੇਖਣੇ ਪੈਣੇ ਜਿਹੜੇ ਅੱਜ ਦੇਖ ਰਹੇ ਹਾਂ ਜੀ ਅਸੀਂ ਜੀ ਉਹ ਮੈਂ ਲਿਖਿਆ ਸੀ ਜੀ ਮੈਂ ਸਾਂਝਾ ਕਰ ਦਿੰਦਾ ਜੀ ਫਰਵਰੀ 2021 ਨੂੰ ਲਿਖਿਆ ਮੇਰਾ ਤੇ ਆ ਹੱਥ ਉੱਠੇ ਨੇ ਹੱਕਾਂ ਲਈ ਨਾ ਕੱਢਣ ਕਿਸੇ ਦੇ ਹਾੜੇ ਨੀ ਇਹ ਫਸਲ ਖੇਤ ਨੇ ਜਾਨ ਸਾਡੀ ਕਿਉਂ ਤੂੰ ਸਮਝੇ ਨਾ ਸਰਕਾਰੇ ਦੱਸ ਕੀ ਕੀਤਾ ਨੁਕਸਾਨ ਤੇਰਾ ਅਸੀਂ ਠੰਡ ਦੇ ਵਿੱਚ ਵੀ ਠੰਡੇ ਰਹੇ ਅਸੀਂ ਫਿਰ ਵੀ ਬਾਗੀ ਹੋਏ ਨਾ ਨਾਲੇ ਖਾਂਦੇ ਤੇ ਇੱਥੋਂ ਡੰਡੇ ਰਹੇ ਤੈਨੂੰ ਕਿਉਂ ਵੱਖਵਾਦੀ ਲੱਗਦੇ ਨੇ ਸਾਡੇ ਬਾਪ ਖੁਰਪਿਆਂ ਵਾਲੇ ਨੀ ਆ ਫਸਲ ਖੇਤ ਨੇ ਜਾਨ ਸਾਡੀ ਕਿਉਂ ਨਾ ਸਮਝੇ ਤੂੰ ਸਰਕਾਰੇ ਪਹਿਲਾਂ ਸੰਤ ਤੇ ਫੇਰ ਸਿਪਾਹੀ ਆ ਕਦੇ ਹੋ ਕੇ ਵੇਖੀ ਲੇੜੇ ਨੀ ਖੂਨ ਨਾਲ ਲੱਥਪੱਥ ਹੋਇਆਂ ਦੇ ਸਾਡੇ ਹੱਸਦੇ ਰਹਿੰਦੇ ਚਿਹਰੇ ਨੀ ਤੂੰ ਕਦੇ ਜ਼ਖਮੀ ਹੋਏ ਸ਼ੇਰਾਂ ਦੇ ਸੁਣ ਕੇ ਦੇਖ ਜੈਕਾਰੇ ਨੀ ਆ ਫਸਲ ਖੇਤ ਨੇ ਜਾਨ ਸਾਡੀ ਜੋ ਤੂੰ ਸਮਝੇ ਨਾ ਸਰਕਾਰੇ ਨੀ ਕਿਆ ਬਾਤ ਹੈ ਅਸੀਂ ਝੁਕਣਾ ਨਹੀਂ ਅਸੀਂ ਜਿੱਤਾਂਗੇ ਇੱਕ ਗੱਲ ਦੱਸਾਂ ਤੈਨੂੰ ਅੰਦਰ ਦੀ ਸਭੇ ਸ਼ਬਦ ਗੁਰੂ ਦੇ ਵਾਰਸਾਂ ਤਾਈਓ ਲਿਖਦੀ ਕਲਮ ਸਿਕੰਦਰ ਦੀ ਬਹਿ ਜਾਣ ਕੇ ਤੈਨੂੰ ਲੈ ਕੇ ਨੀ ਤੇਰੇ ਮਾੜੇ ਕੀਤੇ ਕਾਰੇ ਨੀ ਆ ਫਸਲ ਖੇਤ ਨੇ ਜਾਨ ਸਾਡੀ ਕਿਉਂ ਨਾ ਸਮਝੇ ਤੂੰ ਸਰਕਾਰੇ ਨੀ ਆ ਹੱਥ ਉੱਠੇ ਨੇ ਹੱਕਾਂ ਲਈ ਨਾ ਕੱਢਣ ਕਿਸੇ ਦੇ ਹਾੜੇ ਨੀ ਤੋ ਜੀ ਵਾਹਿਗੁਰੂ ਸਮੱਤ ਬਖਸ਼ੇ ਜੀ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ ਜੇ ਉਦੋਂ 10 ਦਿਨ ਹੋਰ ਬਹਿ ਦਿੰਦੇ ਤੇ ਬੜਾ ਮਾੜਾ ਹੋਇਆ ਬਿਲਕੁਲ ਚਲੋ ਠੀਕ ਹੈ ਜੀ ਇਹ ਮੇਰਾ ਅੱਜ ਆ ਗਿਆ ਜੀ ਮੈਂ ਕਿਹਾ ਚਲੋ ਸਾਂਝਾ ਕਰ ਰਹੀ ਹੈ ਕੁਦਰਤੀ ਮੇਰੇ ਤਾਂ ਯਾਦ ਨਹੀਂ ਸੀ ਵੀ ਲਿਖਿਆ ਹੋਇਆ ਸੀ ਤੇ ਮੈਂ ਤੁਹਾਨੂੰ ਦੁਬਾਰਾ ਸੁਣਾਤਾ ਜੀ ਪੜ੍ਹ ਬਿਲਕੁਲ ਸਿਕੰਦਰ ਜੀ ਆਪਾਂ ਕਹਿ ਸਕਦੇ ਹਾਂ ਕਿ ਟੈਕਨੋਲੋਜੀ ਦੇਖੋ ਕਿਤੇ ਨਾ ਕਿਤੇ ਸਾਡੀਆਂ ਮੈਮਰੀਜ਼ ਜਿਹੜੀਆਂ ਨੇ ਉਹਨਾਂ ਨੂੰ ਦੁਬਾਰਾ ਤੋਂ
ਸਾਡੇ ਅੱਗੇ ਲਿਆ ਦਿੰਦੀ ਹੈ ਕਿ ਅਸੀਂ ਉਹਨਾਂ ਪਲਾਂ ਨੂੰ ਦੁਬਾਰਾ ਜਿਉ ਲੈਂਦੇ ਹਾਂ। ਸੋ ਅੱਜ ਟੈਕਨੋਲੋਜੀ ਦੀ ਬਦੌਲਤ ਤੁਹਾਡੀ ਰਚਨਾ ਤੁਹਾਡੇ ਜ਼ਹਿਨ ਦੇ ਵਿੱਚ ਆਈ ਅਤੇ ਮਾਹੌਲ ਫਿਰ ਤੋਂ ਇੱਕ ਵਾਰ ਉਹੋ ਜਿਹਾ ਬਣਿਆ ਹੋਇਆ ਜਿਹੜਾ ਅਸੀਂ ਪਹਿਲਾਂ ਆਪਣੇ ਹੱਡੀ ਹੰਢਾ ਚੁੱਕੇ ਹਾਂ। ਸੋ ਬਹੁਤ ਵਧੀਆ ਲੱਗਿਆ ਤੁਸੀਂ ਇਸ ਮੰਚ ਤੇ ਇਸ ਰਚਨਾ ਨੂੰ ਸਾਂਝਾ ਕੀਤਾ। ਚਲੋ ਹੋਰ ਤੁਹਾਡੀ ਸਿਹਤ ਵਧੀਆ, ਮਲੱਠੀ ਖਾਓ, ਸ਼ਹਿਦ ਖਾਓ ਜੀ ਨਾਲ ਚਮਚਾ। ਜੀ ਜੀ ਬਿਲਕੁਲ ਸਿਕੰਦਰ ਜੀ, ਅੱਜ ਕੱਲ ਦੇ ਤਾਂ ਮੈਨੂੰ ਲੱਗਦਾ ਵੀ ਜਿਹੜੇ ਖੰਘ ਜੁਕਾਮ ਨੇ ਨਾ, ਇਹ ਮਲੱਠੀਆਂ ਸ਼ਹਿਦਾਂ ਦੇ ਨਾਲ ਵੀ ਜਿਹੜਾ ਠੀਕ ਨਹੀਂ ਹੁੰਦੇ ਆ। ਸੋ ਇਹਨਾਂ ਨੂੰ ਜੀ ਹਵਾਵਾਂ ਜੀ ਜ਼ਹਿਰ ਘੁਲ ਗਈ ਨਾ, ਮਸਲਾ ਤਾਂ ਇਹ ਹੋ ਗਿਆ ਨਾ। ਅੱਗੇ ਮਲੱਠੀਆਂ ਸੀਗੀਆਂ ਤੇ ਹਵਾਵਾਂ ਵਧੀਆ ਸੀ, ਸ਼ੁੱਧ ਸੀ, ਹੁਣ ਹਵਾਵਾਂ ਇਹ ਮਲੱਠੀਆਂ ਵਿਚਾਰੀਆਂ ਕੀ ਕਰਨ, ਅਸੀਂ ਜੋ ਸਾਹ ਲੈਂਦੇ ਹਾਂ ਉਹੀ ਇਹੋ ਜਿਹਾ ਹੋ ਗਿਆ ਜੀ। ਧੰਨਵਾਦ ਜੀ, ਕੋਈ ਨੀ ਸਿਕੰਦਰ ਜੀ, ਬਹੁਤ ਸਾਰੇ ਸਾਡੇ ਪਰਿਵਾਰਕ ਮੈਂਬਰ ਤੁਹਾਡੇ ਦੁਬਾਰਾ ਸਾਂਝੇ ਕੀਤੇ ਜਿਹੜੇ ਬੋਲ ਨੇ ਉਹਨਾਂ ਨੂੰ ਪਸੰਦ ਕਰ ਰਹੇ ਨੇ। ਰੁਪਿੰਦਰ ਕੌਰ ਮੱਲੀ ਜੀ ਵੱਲੋਂ ਵੀ ਸੁਨੇਹਾ ਪਹੁੰਚ ਗਿਆ, ਬਹੁਤ ਵਧੀਆ ਸਿਕੰਦਰ ਜੀ। ਜਸਵਿੰਦਰ ਸਿੰਘ ਰਾਏ ਜੀ ਵਿਨੀਪੈਗ ਤੋਂ ਕਹਿ ਰਹੇ ਨੇ ਕਿਆ ਬਾਤ ਸਿਕੰਦਰ ਜੀ, ਬਹੁਤ ਸਾਰੇ ਥਮਸ ਅਪ ਪਹੁੰਚ ਚੁੱਕੇ ਨੇ। ਬਖਸ਼ੀ ਜੀ ਵੱਲੋਂ ਵੀ ਜਿਹੜਾ ਥਮਸ ਅਪ ਆ ਗਏ ਨੇ, ਤੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਹੋਰ ਵੀ ਬਹੁਤ ਸਾਰੇ ਸਾਡੇ ਪਰਿਵਾਰਕ ਮੈਂਬਰ ਜੋ ਪਸੰਦ ਕਰ ਰਹੇ ਨੇ, ਤੇ ਨਾਲ ਹੀ ਕਾਲ ਦੇ ਜ਼ਰੀਏ ਵੀ ਸਾਡੇ ਬਹੁਤ ਸਾਰੇ ਪਰਿਵਾਰਕ ਮੈਂਬਰ ਨੇ ਜੋ ਇਸ ਮੰਚ ਤੇ ਆ ਰਹੇ ਨੇ ਤੇ ਆ ਵੀ ਰਹੇ ਨੇ ਤੇ ਆਉਣਾ ਵੀ ਚਾਹ ਰਹੇ ਨੇ, ਪਰ ਕਾਲ ਕਨੈਕਟ ਨਹੀਂ ਹੋ ਰਹੀ ਹੈ। ਸੋ ਸਾਰਿਆਂ ਦੇ ਨਾਲ ਸਾਂਝ ਬਣਾਉਣ ਦੀ ਮੇਰੀ ਕੋਸ਼ਿਸ਼ ਹੈ ਵੀ ਜ਼ਰੂਰ ਜੁੜਾਂਗੇ। ਸੁਮਨਪ੍ਰੀਤ ਕੌਰ ਜੀ ਪਿੰਡ ਵਾਂਦਰ ਤੋਂ ਪੁੱਛ ਰਹੇ ਨੇ, ਗਗਨ ਜੀ ਕੀ ਹੋ ਗਿਆ ਤੁਹਾਨੂੰ, ਚਹਿਕਦੇ ਰਹਿੰਦੇ ਸੀ ਤੇ ਅੱਜ ਆਵਾਜ਼ ਢਿੱਲੀ। ਸੋ ਬਿਲਕੁਲ ਮਨਪ੍ਰੀਤ ਜੀ, ਸਿਹਤ ਨਾ ਸਾਜ ਹੈ ਜਿਹਦੇ ਕਰਕੇ ਅੱਜ ਆਵਾਜ਼ ਦੇ ਵਿੱਚ ਨਾ ਕੋਸ਼ਿਸ਼ ਤਾਂ ਹੈ ਕਿ ਜੋਸ਼ ਭਰੀਏ, ਪਰ ਕਹਿੰਦੇ ਗਲਾ ਸਾਥ ਨਹੀਂ ਦੇ ਰਿਹਾ। ਸੋ ਲਓ ਸੁਖਵਿੰਦਰ ਸੁੱਖੀ ਜੀ ਵੱਲੋਂ ਵੀ ਬਹੁਤ ਸਾਰੇ ਜਿਹੜੇ ਆ ਸੋਹਣਾ ਸਮਾਈਲੀ ਪਹੁੰਚ ਗਿਆ ਜੀ, ਵਾਓ ਵਾਲਾ। ਤੇ ਫਿਲਹਾਲ ਚੱਲਦੇ ਹਾਂ ਗੁਰਦੀਸ਼ ਕੌਰ ਜੀ ਵੱਲ। ਗੁਰਦੀਸ਼ ਕੌਰ ਗਰੇਵਾਲ ਜੀ ਕੈਲਗਰੀ ਤੋਂ ਸਾਡੇ ਨਾਲ ਜੁੜ ਗਏ ਨੇ। ਸੋ ਬਹੁਤ ਸੋਹਣੀ ਕਲਮ ਦੇ ਧਾਰਨੀ ਨੇ, ਇਹਨਾਂ ਦੀ ਕਲਮ ਵੀ ਬਹੁਤ ਸੋਹਣੇ ਸ਼ਬਦ ਜਿਹੜੇ ਆ ਉਹਨਾਂ ਨੂੰ ਪਿਰਾਉਣ ਜਾਣਦੀ ਹੈ। ਸੋ ਅੱਜ ਵੇਖੀਏ ਕਿਹੜਾ ਰੰਗ ਇਸ ਮੰਚ ਤੇ ਲੈ ਕੇ ਆਏ ਨੇ ਸਾਡੇ ਵਿਹੜੇ ਚ ਰੌਣਕਾਂ ਲਾਉਣ ਦੇ ਲਈ। ਸੋ ਗੁਰਦੀਸ਼ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ। ਧੰਨਵਾਦ ਗਗਨ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਚੰਨ ਪਰਦੇਸੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਾਹਿਬ, ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਬਹੁਤ ਚੰਗਾ ਲੱਗਾ ਜੀ, ਸ਼ੁਕਰੀਆ, ਬਹੁਤ ਚੰਗਾ ਲੱਗਾ ਤੇਰੀ ਆਵਾਜ਼ ਕਈ ਦਿਨਾਂ ਬਾਅਦ ਸੁਣੀ। ਤੇ ਚਲੋ ਕਰੋ ਗਲੇ ਦਾ, ਕਰੋ ਗਲਾ ਤਾਂ ਹਫ਼ਤਾ ਕੁ ਲੈਂਦਾ ਹੀ ਆ। ਤੇ ਬਾਕੀ ਮੈਂ ਬਹੁਤਾ ਸਮਾਂ ਨਾ ਲੈਂਦੀ ਹੋਈ ਪਹਿਲਾਂ ਤੁਹਾਡਾ ਧੰਨਵਾਦ, ਤੁਸੀਂ ਮੇਰੀ ਫਰੈਂਡ ਦੀ ਆਡੀਓ ਨੂੰ ਜਗ੍ਹਾ ਦਿੱਤੀ ਆ ਜੀ। ਤੇ ਦੂਜੀ ਗੱਲ ਜਿਹੜੀ, ਇੱਕ ਪਹਿਲਾਂ ਕਿਸੇ ਕਾਲਰ ਨੇ ਕਿਹਾ ਸੀ ਨਾ ਵੀ ਛੋਟਿਆਂ ਤੋਂ ਅਸੀਂ ਸਿੱਖਦੇ ਹਾਂ ਜੀ, ਤੇ ਮੇਰੀ ਆਵਾਜ਼ ਤਾਂ ਨੀ ਵਿੱਚ ਆ ਰਹੀ, ਡਬਲ ਡਬਲ ਤਾਂ ਨੀ ਆ ਰਹੀ? ਨਹੀਂ ਨਹੀਂ, ਮੇਰੇ ਕੋਲ ਬਿਲਕੁਲ ਦਰੁਸਤ ਆ ਰਹੀ ਹੈ, ਪਰ ਥੋੜੀ ਜਿਹੀ ਡਿਲੇ ਨਾਲ ਆ ਰਹੀ ਹੈ, ਪਰ ਆ ਬਿਲਕੁਲ ਸਹੀ ਰਹੀ ਹੈ। ਓਕੇ ਜੀ, ਮੈਨੂੰ ਲੱਗਦਾ ਰੇਡੀਓ ਨੀ ਨਾ ਉਧਰੋਂ ਬੰਦ ਕੀਤਾ ਮੈਂ, ਉਹ ਵੀ ਫੋਨ ਤੇ ਹੀ ਆ ਹੁਣ ਮੈਨੂੰ ਹੋਣਾ ਨੀ। ਹਾਂਜੀ, ਤੇ ਚਲੋ ਮੈਂ ਇਦਾਂ ਸੁਣਾ ਦਿੰਦੀ ਹਾਂ ਜੀ। ਤੇ ਉਹ ਜਿਵੇਂ ਗੱਲ ਕੀਤੀ ਸੀ ਵੀ ਛੋਟਿਆਂ ਤੋਂ ਅਸੀਂ ਸਿੱਖਦੇ ਹਾਂ, ਤੇ ਗਗਨ ਬਈ ਮੈਂ ਵੀ ਪਿਛਲੇ ਸਾਲ ਨਾ ਮੈਂ ਆਪਣੇ ਪੋਤੇ ਪੋਤੀ ਨੂੰ ਨਾ ਛੋਟੀਆਂ ਛੋਟੀਆਂ ਕਵਿਤਾਵਾਂ ਲਿਖ ਕੇ ਇੱਥੇ ਪੰਜਾਬੀ ਬੋਲਣ ਦੇ ਮੁਕਾਬਲੇ ਦੇ ਵਿੱਚ ਖੜੇ ਕੀਤਾ ਮਾਤ ਭਾਸ਼ਾ ਦਿਵਸ ਤੇ ਜੀ। ਤੇ ਉਹਨਾਂ ਨੇ ਉਹਨਾਂ ਨੂੰ ਮੈਂ ਕਵਿਤਾ ਸਿਖਾਈ ਤੇ ਉਹ ਆਪਣਾ ਆਪਣੇ ਗਰੁੱਪ ਦੇ ਵਿੱਚੋਂ ਫਸਟ ਸੈਕੰਡ ਆ ਗਏ, ਤੇ ਉਹਨਾਂ ਦਾ ਹੌਸਲਾ ਵੱਧ ਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਦਾਦੀ ਜੀ ਆਪਣੀਆਂ 7 ਕਿਤਾਬਾਂ ਲਿਖੀਆਂ, ਇੱਕ ਸਾਡੇ ਲਈ ਕਿਤਾਬ ਲਿਖੋ। ਹਨਾ, ਇਹ ਮੇਰੇ ਗਗਨ ਮੇਰੇ ਦਿਮਾਗ ਚ ਨਹੀਂ ਸੀ ਹੋਣਾ ਕਿ ਬੱਚਿਆਂ ਲਈ ਵੀ ਕੁਛ ਲਿਖਾ ਹਨਾ, ਤੇ ਉਹ ਆਪਾਂ ਛੋਟੇ ਬੱਚਿਆਂ ਤੋਂ ਉਹ ਜਦੋਂ ਮੈਨੂੰ ਪ੍ਰੇਰਨਾ ਮਿਲੀ, 7 ਸਾਲ ਦਾ ਮੇਰਾ ਪੋਤਾ ਸੀ, ਮੈਂ ਫਿਰ ਉਹਦੇ ਲਈ ਬੱਚਿਆਂ ਦੇ ਲਈ ਕਿਤਾਬ ਪੂਰੀ ਲਿਖੀ, ਕਵਿਤਾਵਾਂ ਦੀ ਜਿਹੜੀਆਂ ਰੰਗ ਬਿਰੰਗੇ ਪੰਨਿਆਂ ਵਾਲੀ ਕਿਤਾਬ ਬਣਾਈ ਤੇ ਉਹ ਅਗਸਤ ਦੇ ਵਿੱਚ ਅਗਸਤ 2023 ਚ ਛਪਾ ਕੇ ਲਿਆਈਆਂ। ਤੇ ਇਸ ਤਰ੍ਹਾਂ ਅਸੀਂ ਬੱਚਿਆਂ ਤੋਂ ਬੜਾ ਕੁਛ ਸਿੱਖਦੇ ਹਾਂ, ਕਈ ਪ੍ਰੇਰਨਾ ਮਿਲਦੀ ਹੈ। ਬਿਲਕੁਲ ਜੀ, ਬਿਲਕੁਲ। ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਇੱਕ ਛੋਟੀ ਜਿਹੀ ਰਚਨਾ ਮੈਂ ਸਾਂਝ ਪਾ ਦਿੰਦੀ, ਪਿੱਛੇ ਹੋਰ ਵੀ ਕਾਲਰ ਹੋਣਗੇ। ਮਾਤ ਭਾਸ਼ਾ ਦਿਵਸ ਨੂੰ ਜੀ, ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਹੈ ਮਾਖਿਓ ਮਿੱਠੀ ਬੋਲੀ ਸਾਡੀ। ਮਾਖਿਓ ਮਿੱਠੀ ਬੋਲੀ ਸਾਡੀ, ਬੋਲੀ ਏ ਪੰਜਾਬ ਦੀ ਏ। ਮਾਖਿਓ ਮਿੱਠੀ ਬੋਲੀ ਸਾਡੀ, ਬੋਲੀ ਏ ਪੰਜਾਬ ਦੀ ਏ। ਰਾਵੀ ਸਤਲੁਜ ਬਿਆਸ ਦੀ ਭਾਸ਼ਾ, ਜੇਹਲਮ ਅਤੇ ਚਨਾਬ ਦੀ ਏ।
ਰਾਵੀ ਸਤਲੁਜ ਬਿਆਸ ਦੀ ਭਾਸ਼ਾ ਜੇਹਲਮ ਅਤੇ ਚਨਾਬ ਦੀ ਇਹ ਦੋਨਾਂ ਪੰਜਾਬਾਂ ਦੀ ਗੱਲ ਮੈਂ ਕਰ ਰਹੀ ਹਾਂ। ਬਿਲਕੁਲ ਇਹ ਬੋਲੀ ਸਾਡੇ ਗੁਰੂਆਂ ਦੀ ਇਹ ਬੋਲੀ ਸਾਡੇ ਗੁਰੂਆਂ ਦੀ ਪੀਰਾਂ ਅਤੇ ਫਕੀਰਾਂ ਦੀ ਨਾਨਕ ਬੁੱਲਾ ਵਾਰਸ ਸ਼ਾਹ ਮੁਹੰਮਦ ਬਾਹੂ ਵੀਰਾਂ ਦੀ ਨਾਨਕ ਬੁੱਲਾ ਵਾਰਸ ਸ਼ਾਹ ਮੁਹੰਮਦ ਬਾਹੂ ਵੀਰਾਂ ਦੀ ਮਾਈ ਭਾਗੋ ਬੀਬੀ ਭਾਨੀ ਮਾਂ ਗੁਜਰੀ ਦੇ ਜਾਇਆਂ ਦੀ ਮਾਈ ਭਾਗੋ ਬੀਬੀ ਭਾਨੀ ਮਾਂ ਗੁਜਰੀ ਦੇ ਜਾਇਆਂ ਦੀ ਵਿੱਚ ਦੁਨੀਆਂ ਦੇ ਵਸਦੇ ਕੁੱਲ ਪੰਜਾਬੀ ਭੈਣਾਂ ਭਾਈਆਂ ਦੀ ਗੁਰਮੁਖੀ ਦੇ ਮੁੱਖ ਨੂੰ ਖੁਦ ਲਿਸ਼ਕਾਇਆ ਸੀ ਗੁਰੂ ਅੰਗਦ ਨੇ ਗੁਰਮੁਖੀ ਦੇ ਮੁੱਖ ਨੂੰ ਖੁਦ ਲਿਸ਼ਕਾਇਆ ਸੀ ਗੁਰੂ ਅੰਗਦ ਨੇ ਊੜਾ ਐੜਾ ਫੱਟੀ ਤੇ ਲਿਖਵਾਇਆ ਸੀ ਗੁਰੂ ਅੰਗਦ ਨੇ ਵਰਨਮਾਲਾ ਦੇ ਸੁੰਦਰ ਅੱਖਰ ਗਿਣਤੀ ਵੀ ਇਕਤਾਲੀ ਏ ਵਰਨਮਾਲਾ ਦੇ ਸੁੰਦਰ ਅੱਖਰ ਗਿਣਤੀ ਵੀ ਇਕਤਾਲੀ ਅੰਗਰੇਜ਼ੀ ਵਾਲਿਆਂ ਕੋਲ ਤਾਂ 26 ਅੱਖਰ ਆ ਸਾਡੇ ਕੋਲ 41 ਦਸ ਮਾਤਰਾ ਤਿੰਨ ਲਗਾਂਖਰ ਹਰ ਧੋਨੇ ਇਸ ਸੰਭਾਲੀਏ ਇਸਦਾ ਹਰ ਇੱਕ ਅੱਖਰ ਬੋਲੇ ਬਿੰਦੀ ਵੀ ਚੁੱਪ ਰਹਿੰਦੀ ਨਾ ਅੰਗਰੇਜ਼ੀ ਚ ਕਿੰਨੇ ਅੱਖਰ ਸਾਇਲੈਂਟ ਆ ਸਾਡਾ ਹਰ ਇੱਕ ਅੱਖਰ ਹੀ ਬੋਲਦਾ ਆ ਇੱਕ ਦਿਨ ਮੇਰਾ ਪੋਤਾ ਕਹਿੰਦਾ ਦਾਦੀ ਜੀ ਜਿਹੜੇ ਬੋਲਦੇ ਨੀ ਅੱਖਰ ਇਹ ਕਾਹਤੇ ਅੰਗਰੇਜ਼ਾਂ ਨੇ ਵਿੱਚ ਪਾਏ ਆ ਇਸਦਾ ਹਰ ਇੱਕ ਅੱਖਰ ਬੋਲੇ ਬਿੰਦੀ ਵੀ ਚੁੱਪ ਰਹਿੰਦੀ ਨਾ ਮਾਇਆ ਢੋਲੇ ਟੱਪੇ ਗਾਵੇ ਦੁੱਖ ਵੀ ਸਾਡਾ ਸਹਿੰਦੀ ਨਾ ਆਨ ਸ਼ਾਨ ਹੈ ਬੋਲੀ ਸਾਡੀ ਨਾ ਮੁੱਕੀ ਨਾ ਮੁੱਕਣੀ ਹੈ ਆਨ ਸ਼ਾਨ ਹੈ ਬੋਲੀ ਸਾਡੀ ਨਾ ਮੁੱਕੀ ਨਾ ਮੁੱਕਣੀ ਏ ਜੇ ਰੱਖੀ ਆਪਾਂ ਪਟਰਾਣੀ ਨਾ ਸੁੱਕੀ ਨਾ ਸੁੱਕਣੀ ਹੈ ਰਗਾਂ ਸਾਡੀਆਂ ਦੇ ਵਿੱਚ ਦੌੜੇ ਦੇਵੇ ਠੰਡੜੀ ਸ਼ਾਂ ਬੋਲੀ ਰਗਾਂ ਸਾਡੀਆਂ ਦੇ ਵਿੱਚ ਦੌੜੇ ਦੇਵੇ ਠੰਡੜੀ ਸ਼ਾਂ ਬੋਲੀ ਮਾਂ ਦੇ ਦੁੱਧ ਚੋਂ ਮਿਲੀ ਏ ਸਾਨੂੰ ਮਿੱਠੀ ਲੱਗਦੀ ਤਾਂ ਬੋਲੀ ਕਿਆ ਬਾਤ ਹੈ ਕਿਆ ਬਾਤ ਹੈ ਭਾਸ਼ਾ ਹੋਰ ਬੋਲੀਏ ਭਾਵੇਂ ਜੀ ਧੰਨਵਾਦ ਜੀ ਭਾਸ਼ਾ ਹੋਰ ਬੋਲੀਏ ਭਾਵੇਂ ਦਿਲ ਦੀ ਕੁੰਡੀ ਖੋਲ ਨਾ ਹੁੰਦੀ ਭਾਸ਼ਾ ਹੋਰ ਬੋਲੀਏ ਭਾਵੇਂ ਦਿਲ ਦੀ ਕੁੰਡੀ ਖੋਲ ਨਾ ਹੁੰਦੀ ਮਜ਼ਾ ਪੰਜਾਬੀ ਨੂੰ ਨਹੀਂ ਆਉਂਦਾ ਜੇ ਪੰਜਾਬੀ ਬੋਲ ਨਾ ਹੁੰਦੀ ਵਾਹ ਕਿਆ ਬਾਤ ਹੈ ਦੋਸ਼ ਕਿਸੇ ਨੂੰ ਦੇਈਏ ਕਾਹਦਾ ਜੇ ਆਪੂ ਸਤਿਕਾਰੀ ਨਾ ਦੋਸ਼ ਕਿਸੇ ਨੂੰ ਦੇਈਏ ਕਾਹਦਾ ਜੇ ਆਪੂ ਸਤਿਕਾਰੀ ਨਾ ਘਰ ਤੋਂ ਬਾਹਰ ਬਿਠਾ ਦਿੱਤੀ ਏ ਲੱਗੇ ਕਿਉਂ ਪਿਆਰੀ ਨਾ ਵਾਹ ਲਾਸਟ ਲਾਈਨਾਂ ਮਾਂ ਜਾਣੀ ਮਾਂ ਬੋਲੀ ਧਰਤੀ ਮਾਂ ਨੂੰ ਜੇ ਭੁੱਲ ਜਾਵਾਂਗੇ ਕਿਆ ਬਾਤ ਹੈ ਮਾਂ ਜਾਣੀ ਮਾਂ ਬੋਲੀ ਧਰਤੀ ਮਾਂ ਨੂੰ ਜੇ ਭੁੱਲ ਜਾਵਾਂਗੇ ਦੀਸ਼ੇ ਤਿੰਨੇ ਮਾਵਾਂ ਭੁੱਲ ਕੇ ਦੁਨੀਆਂ ਵਿੱਚ ਰੁਲ ਜਾਵਾਂਗੇ ਵਾਹ ਕਿਆ ਬਾਤ ਹੈ ਦੀਸ਼ੇ ਤਿੰਨੇ ਮਾਵਾਂ ਭੁੱਲ ਕੇ ਦੁਨੀਆਂ ਵਿੱਚ ਰੁਲ ਜਾਵਾਂਗੇ ਧੰਨਵਾਦ ਬਿਲਕੁਲ ਗੁਰਦੀਪ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਅੱਜ ਵਿਚਾਰਾਂ ਦੀ ਸਾਂਝ ਪਾ ਕੇ ਸੋ ਦਿਲ ਦੀ ਗੱਲ ਵੀ ਸਾਂਝੀ ਕੀਤੀ ਸੋ ਬਿਲਕੁਲ ਜੀ ਨੰਨੇ ਮੁੰਨੇ ਬੱਚਿਆਂ ਨੇ ਦੇਖੋ ਤੁਹਾਨੂੰ ਕਿਤਾਬ ਲਈ ਪ੍ਰੇਰਿਤ ਕੀਤਾ ਤੇ ਰਚਨਾ ਤੁਹਾਡੀ ਬਾ ਕਮਾਲ ਸੋ ਬਿਲਕੁਲ ਪੰਜਾਬੀ ਸਾਡੀ ਮਾਤਰ ਭਾਸ਼ਾ ਹੈ ਸਾਡੀ ਮਾਂ ਹੈ ਤੇ ਇਹਨੂੰ ਜੇ ਵਿਸਾਰਾਂਗੇ ਨਾ ਤਾਂ ਫਿਰ ਅਸੀਂ ਕਿਸੇ ਪਾਸੇ ਦੇ ਨਹੀਂ ਰਹਾਂਗੇ ਸੋ ਆਪਣੀ ਭਾਸ਼ਾ ਤੇ ਹਮੇਸ਼ਾ ਮਾਣ ਮਹਿਸੂਸ ਕਰਨਾ ਚਾਹੀਦਾ ਜ਼ਿੰਦਗੀ 'ਚ ਹਮੇਸ਼ਾ ਇਸ ਗੱਲ ਨੂੰ ਸੋਚੋ ਕਿ ਜਦੋਂ ਵੀ ਤੁਸੀਂ ਕਿਤੇ ਦੁੱਖ ਸੁੱਖ ਕਰਨਾ ਹੁੰਦਾ ਨਾ ਜਿੰਨੇ ਸੋਹਣੇ ਤਰੀਕੇ ਦੇ ਭਾਵ ਅਤੇ ਅਲਫਾਜ਼ ਪੰਜਾਬੀ ਦੇ ਵਿੱਚ ਸਾਨੂੰ ਮਿਲ ਜਾਂਦੇ ਨੇ ਜਿੰਨੇ ਸੋਹਣੇ ਤਰੀਕੇ ਨਾਲ ਅਸੀਂ ਆਪਣੀ ਗੱਲ ਵਿਅਕਤ ਕਰ ਸਕਦੇ ਹਾਂ ਸ਼ਾਇਦ ਦੂਜੀਆਂ ਭਾਸ਼ਾਵਾਂ ਨੂੰ ਸਿੱਖਣ ਦੇ ਵਿੱਚ ਸਾਨੂੰ ਸਮਾਂ ਲੱਗਦਾ ਅਤੇ ਉਹਨੇ ਅਹਿਸਾਸ ਦੇ ਨਾਲ ਅਸੀਂ ਗੱਲਾਂ ਨੂੰ ਵੀ ਇੱਕ ਦੂਜੇ ਤੱਕ ਨਹੀਂ ਪਹੁੰਚਾ ਸਕਦੇ ਸੋ ਸਾਡੀ ਭਾਸ਼ਾ ਸਾਡੀ ਹਮੇਸ਼ਾ ਮਾਂ ਬੋਲੀ ਜਿਹੜੀ ਹੈ ਨਾ ਇੱਥੇ ਮਾਣ ਮਹਿਸੂਸ ਕਰਨਾ ਚਾਹੀਦਾ ਕਿਉਂਕਿ ਮਾਵਾਂ 'ਤੇ ਹਮੇਸ਼ਾ ਹੀ ਮਾਣ ਰਹਿੰਦਾ ਇਸ ਮਾਣ ਨੂੰ ਵਸਾਰਾਂਗੇ ਤਾਂ ਫਿਰ ਕਿਤੇ ਦੇ ਨਹੀਂ ਰਹਾਂਗੇ ਸੋ ਬਹੁਤ ਸੋਹਣੀ ਤੁਹਾਡੀ ਰਚਨਾ ਅਤੇ ਜਸਵੀਰ ਭਲੂਰੀਆ ਜੀ ਕਹਿ ਰਹੇ ਨੇ ਗੁਰਦੀਸ਼ ਭੈਣ ਜੀ ਮਾਂ ਬੋਲੀ ਸੰਬੰਧੀ ਰਚਨਾ ਬਹੁਤ ਚੰਗੀ ਲੱਗੀ ਗਗਨ ਜੀ ਔਰ ਭੈਣ ਗੁਰਦੀਸ਼ ਜੀ ਵਧਾਈ ਦੇ ਹੱਕਦਾਰ ਨੇ ਰਾਜਕੁਮਾਰ ਜੀ ਢਾਪੀ ਤੋਂ ਕਹਿ ਰਹੇ ਆ ਗਗਨ ਦੀ ਭੈਣ ਜੀ ਗੁਰਦੀਸ਼ ਜੀ ਦੀ ਰਚਨਾ ਬਹੁਤ ਵਧੀਆ ਅਤੇ ਬਹੁਤ ਸੋਹਣੀ ਅਤੇ ਨਾਲ ਹੀ ਜਿਹੜਾ ਪ੍ਰੋਗਰਾਮ ਦੇ ਵਿੱਚ ਬਿੰਦਰਜੀਤ ਕੌਰ ਜੀ ਬਠਿੰਡਾ ਤੋਂ ਕਹਿ ਰਹੇ ਆ ਕਿ ਗੁਰਦੀਸ਼ ਜੀ ਨੇ ਮਾਂ ਬੋਲੀ ਅਤੇ ਰਚਨਾ ਬਹੁਤ ਸੋਹਣੀ ਸੁਣਾਈ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਸ਼ੁਕਰੀਆ
ਤੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਦਵਿੰਦਰ ਕੌਰ ਜੀ ਲੁਧਿਆਣਾ ਪਿੰਡ ਹੰਬੜਾ ਵਾਲੇ ਵੀ ਕਹਿ ਰਹੇ ਆ ਗੁਰਦੀਪ ਜੀ ਬਹੁਤ ਹੀ ਕਮਾਲ ਦੀ ਤੁਹਾਡੀ ਰਚਨਾ ਤੇ ਜਸਵਿੰਦਰ ਜੀ ਵਿਨੀਪੈਗ ਤੋਂ ਕਹਿ ਰਹੇ ਨੇ ਜੀ ਕਮਾਲ ਦੀ ਰਚਨਾ ਬਹੁਤ ਵਧੀਆ ਤੇ ਬੀ ਆਰ ਬੈਂਸ ਜੀ ਕੈਨੇਡਾ ਤੋਂ ਜਿਹੜੇ ਇਹਨਾਂ ਦੇ ਵੱਲੋਂ ਵੀ ਬਹੁਤ ਸਾਰੇ ਵਾਓ ਵਾਲੇ ਸਮਾਈਲਸ ਪਹੁੰਚੇ ਨੇ ਸੋ ਇਹ ਸਾਡੇ ਪਰਿਵਾਰਕ ਮੈਂਬਰ ਗੁਰਦੀਪ ਜੀ ਜਿਹੜੇ ਨਾਲ ਨਾਲ ਸੁਨੇਹੇ ਵੀ ਕਰ ਰਹੇ ਨੇ ਸਾਡੇ ਨਾਲ ਸਾਂਝੇ ਆਪਣੇ ਧੰਨਵਾਦ ਗਗਨ ਜੀ ਤੁਹਾਡਾ ਵੀ ਤੇ ਇੰਨੇ ਪਿਆਰੇ ਪਿਆਰੇ ਸੁਨੇਹੇ ਜਿਨ੍ਹਾਂ ਨੇ ਮੇਰੀ ਰਚਨਾ ਨੂੰ ਸੁਣਿਆ ਤੇ ਮਾਣਿਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਜੀ ਮਿਹਰਬਾਨੀ ਜਿਉਂਦੇ ਵਸਦੇ ਰਹੋ ਰੱਬ ਰੱਖਾ ਜੀ ਬਹੁਤ ਬਹੁਤ ਸ਼ੁਕਰੀਆ ਗੁਰਦੀਪ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਆਏ ਰੁਪਿੰਦਰ ਕੌਰ ਮੱਲੀ ਜੀ ਆ ਗਏ ਨੇ ਔਰ ਆਪਾਂ ਹੁਣ ਜ਼ਿਆਦਾ ਸਮਾਂ ਜਿਹੜਾ ਨਾ ਖਰਾਬ ਕਰਦੇ ਹੋਏ ਸਿੱਧਾ ਰੁਪਿੰਦਰ ਜੀ ਕੋਲ ਚਲਦੇ ਹਾਂ ਤੇ ਦੇਖਦੇ ਰੁਪਿੰਦਰ ਕੌਰ ਮੱਲੀ ਜੀ ਅੱਜ ਕੀ ਲੈ ਕੇ ਆਏ ਨੇ ਸਾਂਝ ਪਾਉਣ ਦੇ ਲਈ ਰੁਪਿੰਦਰ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਤੇ ਰੁਪਿੰਦਰ ਜੀ ਸਮਾਂ ਕੋਸ਼ਿਸ਼ ਹੈ ਠੀਕ ਹੋ ਜਾਈਏ ਪਰ ਹਜੇ ਲੱਗ ਨਹੀਂ ਰਿਹਾ ਜ਼ਿਆਦਾ ਦਰੁਸਤੀ ਵਾਲੀ ਗੱਲ ਬਣ ਨਹੀਂ ਰਹੀ ਹਲੇ ਪਰਮਾਤਮਾ ਛੇਤੀ ਛੇਤੀ ਠੀਕ ਕਰ ਦੇ ਸਾਨੂੰ ਜੀ ਜੀ ਸ਼ੁਕਰੀਆ ਸ਼ੁਕਰੀਆ ਦੁਆਵਾਂ ਦੇ ਲਈ ਅੱਜ ਕੀ ਸੁਣਾਓਗੇ ਸਾਨੂੰ ਪੰਜਾਬੀ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਚਲੋ ਰਾਜ ਬਦਲੇ ਕਈ ਕਾਜ ਬਦਲੇ ਬਦਲੀਆਂ ਰੀਤਾਂ ਤੇ ਰਿਵਾਜ ਬਦਲੇ ਰਾਜ ਬਦਲੇ ਤੇ ਕਈ ਕਾਜ ਬਦਲੇ ਬਦਲੀਆਂ ਰੀਤਾਂ ਤੇ ਰਿਵਾਜ ਬਦਲੇ ਓ ਮੈਂ ਹੁਣ ਤੱਕ ਬਦਲੀ ਨਾ ਮੈਂ ਹੁਣ ਤੱਕ ਬਦਲੀ ਨਾ ਭਾਵੇਂ ਭੁੱਲੀ ਜਾਏ ਜਮਾਨਾ ਮੈਂ ਤੇਰੀ ਬੋਲੀਆਂ ਮੈਂ ਤੇਰੀ ਬੋਲੀਆਂ ਕਿਤੇ ਭੁੱਲ ਨਾ ਜਾਈ ਜਵਾਨਾ ਮੈਂ ਤੇਰੀ ਬੋਲੀਆਂ ਕਿਤੇ ਭੁੱਲ ਨਾ ਜਾਈ ਜਵਾਨਾ ਇੱਕ ਵਕਤ ਸੀ ਐਸਾ ਵੇ ਜਦੋਂ ਮੇਰੀ ਦੁਨੀਆਂ ਵਿੱਚ ਸੀ ਝੰਡੀ ਮੈਂ ਵਿੱਚ ਸੰਤਾਲੀ ਦੇ ਗਈ ਦੋਹੀ ਜਿਆਂ ਵਿੱਚ ਵੰਡੀ ਇੱਕ ਭੋਲੀ ਹੋਣੇ ਦਾ ਇੱਕ ਭੋਲੀ ਹੋਣੇ ਦਾ ਲੱਗਿਆ ਡਾਡਾ ਏ ਹਰਜਾਨਾ ਮੈਂ ਤੇਰੀ ਬੋਲੀਆਂ ਮੈਂ ਪੰਜਾਬੀ ਬੋਲੀਆਂ ਕਿਤੇ ਭੁੱਲ ਨਾ ਜਾਈ ਜਵਾਨਾ ਜਿਉਂਦੇ ਜੀ ਮਰ ਗਈ ਮੈਂ ਮੇਰੀ ਪਿੱਠ ਤੇ ਛੁਰੀ ਚਲਾਈ ਛੱਡ ਉੜੇ ਆੜੇ ਨੂੰ ਏ ਬੀ ਸੀ ਪ੍ਰਧਾਨ ਬਣਾਈ ਕੁੱਖ ਧਰੋ ਜੰਮ ਕੇ ਅਮੜੀ ਨੂੰ ਕੁੱਖ ਧਰੋ ਜੰਮ ਕੇ ਅਮੜੀ ਨੂੰ ਕਿਉਂ ਬੇਕਦਰਾ ਭੁੱਲੀ ਜਾਨਾ ਮੈਂ ਤੇਰੀ ਬੋਲੀਆਂ ਮੈਂ ਪੰਜਾਬੀ ਬੋਲੀਆਂ ਕਿਉਂ ਭੁੱਲੀ ਜਾਏ ਜਵਾਨਾ ਮੈਂ ਤੇਰੀ ਬੋਲੀਆਂ ਮੈਂ ਭੁੱਲ ਤੇਰੀ ਬੋਲੀਆਂ ਕਿਤੇ ਭੁੱਲ ਨਾ ਜਾਈ ਜਵਾਨਾ ਕਸ਼ਮੀਰ ਤੂੰ ਯਾਦ ਰੱਖੀ ਇੱਕ ਦਿਨ ਮੁੜ ਕੇ ਐਸਾ ਆਉਣਾ ਮੇਰਾ ਪਹਿਲਾਂ ਵਾਂਗ ਰਾਵੇ ਪਰ ਪੰਚ ਦੁਨੀਆਂ ਤੇ ਲਹਿਰਾਣਾ ਸ਼ਿਵ ਪਾਤਰ ਵਰਗਿਆਂ ਦਾ ਸ਼ਿਵ ਪਾਤਰ ਵਰਗਿਆਂ ਦਾ ਢੱਡਿਆ ਬੁੱਕਲ ਵਿੱਚ ਖਜ਼ਾਨਾ ਮੈਂ ਤੇਰੀ ਬੋਲੀਆਂ ਮੈਂ ਪੰਜਾਬੀ ਬੋਲੀਆਂ ਕਿਤੇ ਭੁੱਲ ਨਾ ਜਾਈ ਜਵਾਨਾ ਮੈਂ ਤੇਰੀ ਬੋਲੀਆਂ ਮੈਂ ਤੇਰੀ ਬੋਲੀਆਂ ਕਿਤੇ ਭੁੱਲ ਨਾ ਜਾਈ ਜਵਾਨਾ ਮੈਂ ਤੇਰੀ ਮਾਂ ਬੋਲੀਆਂ ਕਿਤੇ ਭੁੱਲ ਨਾ ਜਾਈ ਜਵਾਨਾ ਧੰਨਵਾਦ ਗਗਨ ਜੀ ਕਿਆ ਬਾਤ ਹੈ ਰੁਪਿੰਦਰ ਜੀ ਬਹੁਤ ਸੋਹਣੀ ਮਾਂ ਬੋਲੀ ਦੇ ਨਾਲ ਜੁੜੀ ਹੋਈ ਰਚਨਾ ਤਰਨਮ ਦੇ ਵਿੱਚ ਤੁਸੀਂ ਸਾਂਝੀ ਕੀਤੀ ਸੋ ਵਾਕਈ ਜੀ ਦਿਲ ਲੁੱਟ ਕੇ ਲੈ ਗਏ ਹੋ ਸੋ ਵਾਹ ਜੀ ਵਾਹ ਲੁਧਿਆਣਾ ਪਿੰਡ ਹੰਬੜਾ ਵਾਲੇ ਦਵਿੰਦਰ ਜੀ ਵੱਲੋਂ ਪਹੁੰਚ ਗਿਆ ਬਖਸ਼ੀ ਜੀ ਕਹਿ ਰਹੇ ਆ ਮੱਲੀ ਜੀ ਮਾਸ਼ਾ ਅੱਲਾ ਕਿਆ ਬਾਤ ਹੈ ਬਹੁਤ ਵਧੀਆ ਤੇ ਸਾਰੇ ਪਰਿਵਾਰਕ ਮੈਂਬਰ ਪਸੰਦ ਕਰ ਰਹੇ ਪਰ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਸਾਰਿਆਂ ਦੇ ਸੁਨੇਹੇ ਪੜ੍ਹ ਪਾਵਾਂ ਤੇ ਗਿਲਾਂਡੀ ਅੱਜ ਮੈਨੂੰ ਤੁਹਾਡੇ ਤੋਂ ਵੀ ਮਾਫ਼ੀ ਚਾਹੀਦੀ ਹੋਊਗੀ ਕਿ ਹੁਣ ਆਪਾਂ ਤੁਹਾਡੀ ਕਾਲ ਜਿਹੜੀ ਔਨ ਏਅਰ ਨਹੀਂ ਕਰ ਪਾਵਾਂਗੇ ਕਿਉਂਕਿ ਪ੍ਰੋਗਰਾਮ 'ਚ ਸਮਾਂ ਨਹੀਂ ਰਿਹਾ ਸੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਿਆ ਹੋਊਗਾ ਸੋ ਜੇ ਚੰਗਾ ਲੱਗਿਆ ਤੇ ਫੀਡਬੈਕ ਜ਼ਰੂਰ ਦੇ ਦਿਓ ਸੋ ਅੱਜ ਦੇ ਪ੍ਰੋਗਰਾਮ 'ਚ ਗਗਨਦੀਪ ਇੱਥੇ ਚਾਹੇਗੀ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਮਿਲਾਂਗੇ ਕੱਲ੍ਹ ਫਿਰ ਜੇ ਸਿਹਤ ਰਹੀ ਠੀਕ ਤੰਦਰੁਸਤ ਤੇ ਦਰੁਸਤ ਫਿਰ ਪਾਵਾਂਗੇ ਤੁਹਾਡੇ ਸਾਰਿਆਂ ਦੇ ਨਾਲ ਸਾਂਝ ਤਦ ਤੱਕ ਦੇ ਲਈ ਦਿਓ ਇਜਾਜ਼ਤ।